ਸਵਾਗਤ ਲੈ ਕੇ ਹਾਜ਼ਰਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਗੱਲਾਂ ਤੇ ਗੀਤ ਮੈਂ ਹਾਂ ਸ਼ੁਕਰ ਗੁਜਾਰ ਸਿੰਘ ਜੀ ਦੋਸਤੋ ਅੱਜ 24 ਅਕਤੂਬਰ ਨੂੰ ਅਸੀਂ ਮਨਾ ਰਹੇ ਹਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਯੂਨਾਈਟਿਡ ਨੇਸ਼ਨ ਡੇ ਤੇ ਦੂਰਦਰਸ਼ਨ ਦਾ ਹਮੇਸ਼ਾ ਇਹੀ ਮੰਤਰ ਰਿਹਾ ਹੈ ਕਿ ਜਿੱਥੇ ਅਸੀਂ ਮਨੋਰੰਜਨ ਦੀਆਂ ਗੱਲਾਂ ਕਰਦੇ ਹਾਂ ਉੱਥੇ ਨਾਲ ਦੇ ਨਾਲ ਗਿਆਨ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਤੇ ਗਿਆਨ ਦੇ ਵਿੱਚ ਵਾਧਾ ਵੀ ਕੀਤਾ ਜਾਂਦਾ ਹੈ ਤੇ ਅੱਜ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਅਸੀਂ ਯੂਨਾਈਟਿਡ ਨੇਸ਼ਨ ਡੇ ਦੇ ਉੱਤੇ ਗੱਲਬਾਤ ਕਰਾਂਗੇ ਯੂਨਾਈਟਿਡ ਨੇਸ਼ਨ ਦੀ ਸਥਾਪਨਾ ਦੀ ਗੱਲ ਕੀਤੀ ਜਾਵੇਗੀ ਤੇ ਹੋਰ ਹਿਸਟੋਰੀਕਲ ਪੱਖ ਦੀ ਵੀ ਗੱਲ ਕੀਤੀ ਜਾ ਤੇ ਮੇਰੇ ਨਾਲ ਸਟੂਡੀਓ ਵਿੱਚ ਨੇ ਡਾਕਟਰ ਰਾਜਨ ਸ਼ਰਮਾ ਜੀ ਜੋ ਕਿ ਰਿਟਾਇਰਡ ਪ੍ਰੋਫੈਸਰ ਨੇ ਪੋਲੀਟੀਕਲ ਸਾਇੰਸ ਦੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਇਹ ਸਰ ਸਾਡਾ ਅੱਜ ਦਾ ਵਿਸ਼ਾ ਯੂਨਾਈਟਡ ਨੇਸ਼ਨ ਡੇ ਜੀ 24 ਅਕਤੂਬਰ ਨੂੰ ਯੂਨਾਈਟਡ ਨੇਸ਼ਨ ਡੇ ਮਨਾਇਆ ਜਾਂਦਾ ਹੈ ਜੀ ਤੇ ਅੱਜ ਦੇ ਵਿਸ਼ੇ ਦੀ ਆਪਾਂ ਸ਼ੁਰੂਆਤ ਇੱਥੋਂ ਕਰਦੇ ਹਾਂ ਕਿ ਇਸ ਦਿਨ ਦਾ ਸਾਨੂੰ ਇਤਿਹਾਸਿਕ ਪੱਖ ਦੱਸੋ ਕਿ ਇਹ ਕਦੋਂ ਤੋਂ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ ਦੇਖੋ ਜੀ ਅੱਜ ਯੂਨਾਈਟਡ ਨੇਸ਼ਨ ਚਾਰਟਰ ਡੇ ਸੀ ਜੇ ਕਹਿ ਲਈ ਉਹਨਾਂ ਨੂੰ ਤੇ ਜਿਆਦਾ ਦੁਰਸਤ ਹੋਏਗਾ ਹਮਮ ਆਰ ਯੂਨ ਜਿਹੜੀ ਹੈ ਪਹਿਲੇ ਤੇ ਗੱਲ ਇਹ ਹੈ ਕਿ ਯੂਨ ਚੀਜ਼ ਕੀ ਹੈ ਜਿਵੇਂ ਇੱਕ ਅੰਤਰਰਾਸ਼ਟਰੀ ਸੰਗਠਨ ਹੈ ਜਿਹਦੇ ਵਿੱਚ ਜਿਹੜੇ ਮੈਂਬਰਸ ਨੇ ਉਹ ਰਾਜ ਨੇ ਨੇਸ਼ਨ ਸਟੇਟ ਮਤਲਬ ਵਰਲਡ ਜਿਹੜਾ ਯੂਨਾਈਟਿਡ ਨੇਸ਼ਨ ਹੈ ਇਹ ਯੂਐਸ ਦੇ ਪ੍ਰੈਜ਼ੀਡੈਂਟ ਸੀ ਰੂਜ਼ਵਲਟ ਉਹਨਾਂ ਨੇ ਇਹ ਵਰਲਡ ਦਿੱਤਾ ਯੂਨਾਈਟਿਡ ਨੇਸ਼ਨ ਹਮਮ ਔਰ ਇਹ ਜਿਹੜੀ ਸੰਸਥਾ ਹੈ ਇਹਨੂੰ ਕਹਿ ਲੋ ਤੁਸੀਂ ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਵੀ ਹੈ ਮਲਟੀਲੇਟਰਲ ਕਹਿ ਲੋ ਹੂੰ ਹੂੰ ਕਿਉਂਕਿ ਇਹਦੇ 193 ਮੈਂਬਰ ਨੇ ਅੱਛਾ ਜੀ ਔਰ ਇਹ ਸ਼ੁਰੂ ਜਿਹੜੀ ਸੀ ਇਹਦੀ ਸ਼ੁਰੂਆਤ ਜਿਹੜੀ ਸੀ ਉਹ ਤੇ ਦੋ ਮਹਾਜੁੱਧ ਜਿਹੜੇ ਹੈ ਉਹਨਾਂ ਦੇ ਵਿੱਚ ਹੀ ਸਾਨੂੰ ਮਿਲਦੀ ਹੈ ਵੈਸੇ ਇਸ ਤੋਂ ਪਹਿਲੇ ਵੀ ਇੱਕ ਸੰਸਥਾ ਸੀ ਜਿਹਨੂੰ ਲੀਗ ਆਫ ਨੇਸ਼ਨ ਕਹਿੰਦੇ ਸੀ ਅੱਛਾ ਜੀ ਉਹ 1919 ਦੇ ਵਿੱਚ ਸਥਾਪਿਤ ਕੀਤੀ ਗਈ ਔਰ ਫਰਸਟ ওয়ার্ল্ড ਔਰ 1914 ਤੋਂ 1900 ਕਾਰਨ ਜਿਹੜੀ ਹੁੰਦੀ ਹੈ ਤੇ ਉਹਦੇ ਬੜੇ ਭਿਆਨਕ ਨਤੀਜੇ ਨਿਕਲੇ ਤੇ ਕੁਝ ਜਿਹੜੇ ਰਾਜ ਸੀ ਉਹਨਾਂ ਨੇ ਇਹ ਸੋਚਿਆ ਕਿ ਵੀ ਲੜਾਈ ਨੂੰ ਕਿਸ ਤਰ੍ਹਾਂ ਰੋਕਿਆ ਜਾਏ ਬੇਸਿਕਲੀ ਇਹ ਸੰਸਥਾ ਜਿਹੜੀ ਹੈ ਅੰਤਰਰਾਸ਼ਟਰੀ ਸ਼ਾਂਤੀ ਔਰ ਸੁਰੱਖਤਾ ਨੂੰ ਮਜ਼ਬੂਤ ਕਰਨ ਵਾਸਤੇ ਅੱਛਾ ਜੀ ਔਰ ਲੀਗ ਲੇਕਿਨ ਬਣੀ 1919 ਦੇ ਵਿੱਚ ਟ੍ਰੀਟੀ ਆਫ ਵਰਸਾਈਲ ਦੇ ਤਹਿਤ ਲੇਕਿਨ ਉਹ ਫੇਲ ਹੋ ਗਈ ਅਮਰੀਕਾ ਦੇ ਪ੍ਰੈਜ਼ੀਡੈਂਟ ਜਿਹੜੇ ਸੀ ਉਸ ਵੇਲੇ ਉਹਨਾਂ ਨੇ ਬੜਾ ਜ਼ੋਰ ਲਾਇਆ ਪਰ ਅਮਰੀਕਾ ਹੀ ਉਹਦਾ ਮੈਂਬਰ ਨਹੀਂ ਬਣ ਸਕਿਆ ਕਿਉਂਕਿ ਸੈਨੇਟ ਨੇ ਉਹਦੀ ਅਪਰੂਵਲ ਨਹੀਂ ਦਿੱਤੀ ਅੱਛਾ ਜੀ ਤੋ ਇਸ ਕਰਕੇ ਇੱਕ ਕੋਸ਼ਿਸ਼ ਯੂਨ ਤੋਂ ਪਹਿਲੇ ਕੀਤੀ ਗਈ ਲੇਕਿਨ ਉਹ ਫਰਸਟ ਵਰਲਡ ਵਾਰ ਨੂੰ ਰੋਕਣ ਵਿੱਚ ਮਤਲਬ ਜਿਹੜੀ ਹੈ ਉਹ ਫੇਲ ਹੋ ਗਈ ਉਸ ਤੋਂ ਬਾਅਦ ਫਿਰ ਜਿਹੜਾ ਹੈ ਕੋਸ਼ਿਸ਼ ਕੀਤੀ ਗਈ ਕਿ ਵੀ ਇੱਕ ਸੈਕੰਡ ਵਰਲਡ ਵਾਰ ਹੋਈ 1939 ਤੋਂ 1945 ਇਹ ਬੜੀ ਭਿਆਨਕ ਸੀ ਕਿਉਂ ਭਿਆਨਕ ਸੀ ਕਿਉਂਕਿ ਇਹਦੇ ਵਿੱਚ ਪਰਮਾਣੂ ਅਸਥਰ ਸ਼ਸਤਰ ਯੂਜ਼ ਹੋ ਗਏ ਹਿਰੋਸਿਮਾ ਨਾਗਾਸਾ키 ਤੋ ਫਿਰ ਜਿਹੜੇ ਸਿਆਣੇ ਬੰਦੇ ਸੀ ਜਿਹੜੇ ਦੇਸ਼ ਸੀ ਉਹਨਾਂ ਸੋਚਿਆ ਕਿ ਵੀ ਕੋਈ ਕੋਈ ਅਟੈਂਪਟ ਕੀਤੀ ਜਾਏ ਕਿ ਸ਼ਾਂਤੀ ਸਥਾਪਿਤ ਕਰਨੀ ਕਿਉਂਕਿ ਜਿਹੜਾ ਸ਼ਾਂਤੀ ਹੈ ਇਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੈ ਕੋਈ ਲੂਜ਼ਰ ਨਹੀਂ ਹੈ ਤੇ ਲੜਾਈ ਵਿੱਚ ਤੇ ਹਰ ਬੰਦਾ ਜਿਹੜਾ ਹੈ ਜਿਹੜਾ ਜਿੱਤਿਆ ਵੀ ਉਹ ਵੀ ਹਾਰ ਰਿਹਾ ਇੱਕ ਤਰ੍ਹਾਂ ਨਾਲ ਉਹਦਾ ਵੀ ਮਾਲੀ ਜਾਨੀ ਨੁਕਸਾਨ ਹੁੰਦਾ ਹੈ ਸੋ ਇਸ ਕਰਕੇ ਇਹ ਜਿਹੜੀ ਸੰਸਥਾ ਹੈ 1945 ਦੇ ਵਿੱਚ ਅੱਜ ਦਾ ਦਿਨ ਜਿਹੜਾ ਅਸੀਂ ਲੈ ਰਹੇ ਹਾਂ ਇਸ ਕਰਕੇ ਲੈ ਰਹੇ ਹਾਂ ਕਿ ਇਸ ਦਿਨ ਇਹਦਾ ਜਿਹੜਾ ਚਾਰਟਰ ਹੈ ਉਹ ਫਾਈਨਲ ਕੀਤਾ ਗਿਆ ਤੇ ਸਾਰੇ ਦੇਸ਼ਾਂ ਵਿੱਚ ਐਵੇਂ ਸੇ ਫਾਈਨਲ ਤੋਂ ਪਹਿਲੇ ਦਿੱਕਤ ਹੋ ਗਈ ਸੀ ਇੰਡੀਆ ਇਹਦਾ ਫਾਊਂਡਰ ਮੈਂਬਰ ਹੈ ਅੱਛਾ ਜੀ ਸਰ ਜਿਹੜੇ ਰਾਮਾ ਸੁਆਮੀ ਸੀ ਉਹਨਾਂ ਨੇ ਦਸਕਰ ਕੀਤੇ ਇਹਦੇ ਤੇ ਲੇਕਿਨ ਬਾਅਦ ਵਿੱਚ ਇਹ ਜਿਹੜਾ ਹੈ ਇਹ ਡੇਟ ਜਿਹੜੀ ਹੈ 24 ਜਿਹੜੀ ਹੈ ਉਹ ਇਸ ਕਰਕੇ ਆ ਕਿ ਰਾਜਾ ਨੇ ਇਹਨੂੰ ਰੈਟੀਫਾਈ ਕੀਤਾ ਰਾਜਾ ਨੇ ਪਾਰਲੀਮੈਂਟ ਜਿਹੜੀ ਸੀ ਉਹਨਾਂ ਨੇ ਸਾਰਾ ਇਹਨਾਂ ਨੂੰ ਅਪਰੂਵਲ ਦਿੱਤੀ ਉਸ ਤੋਂ ਬਾਅਦ ਜਿਹੜਾ ਹੈ ਇਹ ਸੰਸਥਾ ਜਿਹੜੀ ਹੈ ਇਹ ਹੁਣ ਵਿੱਚ ਆਉਂਦੀ ਹੈ ਉਹਦਾ ਜਿਹੜਾ ਸੰਵਿਧਾਨ ਹੈ ਹਮਮ ਔਰ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਇਹ ਹੈ ਕਿ ਇਹਦੀ ਇੱਕ ਪ੍ਰੀਐਮਬਲ ਹੈ ਅੱਛਾ ਜੀ ਉਸ ਪ੍ਰੀਐਮਬਲ ਦੇ ਵਿੱਚ ਜਿਹੜੀ ਪਹਿਲੀ ਲਾਈਨ ਲਿਖੀ ਹੈ ਹਮਮ ਕਿ ਵਹੀ the people of united nation ਉਥੇ ਰਾਜ ਨਹੀਂ ਲਿਖਿਆ ਉਥੇ ਲਿਖਿਆ ਅਸੀਂ ਸਾਰੇ ਲੋਕ ਟੂ ਸੇਵ ਦਾ ਸਕਸੀਡਿੰਗ ਜਨਰੇਸ਼ਨ ਫਰਮ ਦਾ ਸਕੋਰਜ ਆਫ ਵਾਰ ਇਹ ਲੜਾਈ ਦਾ ਜਿਹੜਾ ਸੰਤਾਪ ਹੈ ਨਾ ਇਹ ਇਹਦੇ ਤੋਂ ਮਨੁੱਖ ਆਉਣ ਵਾਲੀ ਮਨੁੱਖ ਜਾਤੀ ਨੂੰ ਬਚਾਉਣ ਵਾਸਤੇ ਅੱਛਾ ਜੀ ਔਰ ਨਾਲ ਕੀ ਲਿਖਿਆ which has caused unlimited sorrows hmm. miseries ਕਿ ਆਉਣ ਵਾਲੀ ਪੀੜੀ ਨੂੰ ਕਿਉਂਕਿ ਬੰਦਾ ਤੇ ਉਹ ਹੀ ਹੈ ਜਿਹੜਾ ਆਪਣੇ ਬਾਰੇ ਨਹੀਂ ਸੋਚਦਾ ਉਹਨਾਂ ਬਾਰੇ ਵੀ ਸੋਚਦਾ ਹੈ ਜੀ ਬਿਲਕੁਲ ਤਾਂ ਕਿ ਇਹ ਜਿਹੜਾ ਸ਼ਰਾਪ ਹੈ ਇਹ ਜਿਹੜਾ ਅਭਿਸ਼ਾਪ ਹੈ ਲੜਾਈ ਜਿਹੜੀ ਹੈ ਇਹ ਕੋਈ ਚੰਗੀ ਚੀਜ਼ ਨਹੀਂ ਹੈ ਬਿਲਕੁਲ ਇਹ ਇਹਨੂੰ ਕਿਦਾਂ ਅਸੀਂ ਬਚਾਣਾ ਮਨੁੱਖ ਜਾਤੀ ਨੂੰ ਕਿਸ ਤਰ੍ਹਾਂ ਬਚਾਣਾ ਹੂੰ ਹੂੰ ਵੈਸੇ ਵੀ ਜੇ ਆਮ ਤੁਸੀਂ ਟੀਵੀ ਤੇ ਵੀ ਦੇਖੋ ਯੂਨ ਦਾ ਲੋਗੋ ਹੈ ਬਿਲਕੁਲ ਉਹ ਗ੍ਰੀਨ ਥੋੜਾ ਬਲੂ ਕਲਰ ਵਿੱਚ ਹੁੰਦਾ ਵਰਲਡ ਮੈਪ ਹੈ ਹੂੰ ਤੇ ਉਹਦੇ ਦੋਨੋਂ ਪਾਸੇ ਨਾ ਦੋ ਡੰਡੀਆਂ ਪੱਤੀਆਂ ਹਨ ਜਤੂਨ ਦੀਆਂ ਜੋ ਪੱਤੀਆਂ ਨਾ ਜੇ ਆਪਾਂ ਗ੍ਰੀਕ ਜਾਂ ਰੋਮਨ ਕਲਚਰ ਦੇਖੀਏ ਤਾਂ ਉਹ ਪੱਤੀਆਂ ਜਿਹੜੀਆਂ ਹੈ ਉਹ ਸ਼ਾਂਤੀ ਦਾ ਪ੍ਰਤੀਕ ਨੇ ਉਹ ਦੋਸਤੀ ਦਾ ਪ੍ਰਤੀਕ ਨੇ ਸੋ ਬੇਸਿਕਲੀ ਇਹ ਜਿਹੜੀ ਸੰਸਥਾ ਹੈ ਜਿਹੜੀ ਕਿ ਦੋ ਮਹਾਜੁੱਧ ਜਿਹੜੇ ਦੇਖੇ ਆਪਾਂ ਜਿਹੜੇ ਭਿਆਨਕਤਾ ਸੀ ਉਸ ਤੋਂ ਬਾਅਦ ਜਿਹੜਾ ਹੈ ਇਹ ਸੰਸਥਾ ਯੂਨ ਦੇ ਤੌਰ ਤੇ ਅਮਰਜ ਹੋਈ ਅਰ ਜਦੋਂ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਮਹੱਤਵਪੂਰਨ ਬਹੁਤ ਮਹੱਤਵਪੂਰਨ ਸੰਸਥਾ ਹੈ ਜਿਹਦੇ ਵਿੱਚ ਖਾਲੀ ਅਸੀਂ ਲੜਾਈ ਨੂੰ ਰੋਕਣਾ ਨਹੀਂ ਹੈ ਅਸੀਂ ਆਪਸ ਵਿੱਚ ਸਮਾਜਿਕ ਆਰਥਿਕ ਰਾਜਨੀਤਿਕ ਰਾਜਾਂ ਦਾ ਜਿੰਨਾ ਜ਼ਿਆਦਾ ਸਹਿਯੋਗ ਹੋਏਗਾ ਓਨਾ ਜ਼ਿਆਦਾ ਮੇਲਮਲਾਪ ਹੋਏਗਾ ਓਨਾ ਜ਼ਿਆਦਾ ਅਸੀਂ ਲੜਾਈ ਤੋਂ ਦੂਰ ਜਾਵਾਂਗੇ ਬਿਲਕੁਲ ਜੀ ਜਿਵੇਂ ਤੁਸੀਂ ਕਿਹਾ ਕਿ ਯੂਨਾਈਟਿਡ ਨੇਸ਼ਨ ਚਾਰਟਰ ਡੇਸ ਨੂੰ ਅਸੀਂ ਕਿਹਾ ਕਿਹਾ ਜਾਂਦਾ ਹੈ ਤੇ ਜਦੋਂ ਇਸ ਦਾ ਚਾਰਟਰ ਕੰਪਲੀਟ ਹੁੰਦਾ ਹੈ ਇਸ ਦਾ ਚਾਰਟ ਬਣ ਜਾਂਦਾ ਹੈ ਜੋ ਵੀ ਇਸ ਦੀਆਂ ਮਤਲਬ ਕਿ ਕੋਈ ਏਮਸ ਕੋਈ ਪ੍ਰਿੰਸੀਪਲ ਕੋਈ ਆਬਜੈਕਟਿਵਸ ਕੋਈ ਮੋਟਿਵ ਬਣੇ ਹੋਣਗੇ ਵੀ ਇਹ ਇਨਾ ਮੋਟਿਵਸ ਦੇ ਇਨਾ ਰੋਲ ਦੇ ਉੱਤੇ ਇਹਨੇ ਕੰਮ ਕਰਨਾ ਹੈ ਇਸਨੇ ਇਸ ਆਰਗੇਨਾਈਜੇਸ਼ਨ ਨੇ ਚਾਹੇ ਉਹ ਆਪਣੇ ਸਟੇਟ ਦੀ ਗੱਲ ਕਰ ਲੈਣ ਭਾਵੇਂ ਵਰਲਡ ਲੈਵਲ ਦੀ ਗੱਲ ਕਰ ਲੈਣ ਕੋਈ ਨਾ ਕੋਈ ਪ੍ਰਿੰਸੀਪਲ ਜਾਂ ਆਬਜੈਕਟਿਵਸ ਤੇ ਸਾਹਮਣੇ ਆਏਗਾ ਹਾਂਜੀ ਹਾਂਜੀ ਦੇਖੋ ਦੋ ਚੀਜ਼ਾਂ ਹੈ ਇਹਦੇ ਵਿੱਚ ਇੱਕ ਇਹਤ ਹੈ ਕਿ ਜਦੋਂ ਇਹ ਬਣਾਇਆ ਗਿਆ ਇਹਦੇ ਏਮ ਆਬਜੈਕਟਿਵ ਕੀ ਸੀ ਹੂੰ ਹੂੰ ਉਹਦੇ ਵਿੱਚ ਪਹਿਲੇ ਨੰਬਰ ਤੇ ਇਹ ਹੀ ਹੈ ਕਿ ਜਿਹੜੇ ਦੇਸ਼ ਹੈ ਹਾਊ ਟੂ ਮੇਨਟੇਨ ਪੀਸ ਐਂਡ ਸਿਕਿਉਰਿਟੀ ਸ਼ਾਂਤੀ ਤੇ ਸੁਰੱਖਿਆ ਬਣਾਉਣੀ ਨਹੀਂ ਉਹਨੂੰ ਕਾਇਮ ਰੱਖਣਾ ਕਾਇਮ ਰੱਖਣਾ ਦੂਸਰੀ ਗੱਲ ਹੈ ਕਿ ਰਾਜਾਂ ਦੇ ਵਿੱਚ ਜਿਹੜਾ ਸਮਾਜਿਕ ਆਰਥਿਕ ਸਹਿਯੋਗ ਹੋਣਾ ਚਾਹੀਦਾ ਜਿੱਦਾਂ ਮੈਂ ਕਿਹਾ ਹੁਣ ਜਿੱਦਾਂ ਕਲਾਈਮੇਟ ਚੇਂਜ ਹੈ ਇਹ ਹੁਣ ਇੱਕ ਦੇਸ਼ ਦਾ ਤੇ ਮਸਲਾ ਨਹੀਂ ਹੈਗਾ ਇਹ ਤੇ ਗਲੋਬਲ ਮਸਲਾ ਹੈ ਤੇ ਇਹਦੇ ਵਾਸਤੇ ਇਹਦੇ ਵਿੱਚ ਜਿਹੜਾ ਖਾਸ ਕਰਕੇ ਜਿਹੜਾ ਸਸਟੇਨੇਬਲ ਡਵੈਲਪਮੈਂਟ ਦੀ ਗੱਲ ਹੁੰਦੀ ਹੈ ਜਿਹਦੇ ਵਿੱਚ ਰੋਟੀ ਕਪੜਾ ਮਕਾਨ এডਿਕੇਸ਼ਨ ਹੈਲਥ ਇਹ ਸਾਰੀਆਂ ਚੀਜ਼ਾਂ ਪੂਰੀ ਮਨੁੱਖਤਾ ਨੂੰ ਮਿਲਦੀਆਂ ਚਾਹੀਦੀਆਂ ਠੀਕ ਹੈ ਔਰ ਤੀਸਰੀ ਗੱਲ ਇਹਦੇ ਵਿੱਚ ਜਿਹੜੀ ਮਹੱਤਵਪੂਰਨ ਹੈ ਉਹ ਇਹ ਹੈ ਕਿ ਜਿੰਨੇ ਵੀ ਰਾਜ ਹੈ ਹਿਊਮਨ ਰਾਈਟਸ ਜਿਹੜੇ ਅੱਜ ਕੱਲ ਤੁਸੀਂ ਦੇਖੋ ਨਾ ਜਦੋਂ ਲੜਾਈ ਹੁੰਦੀ ਹੈ ਸਭ ਤੋਂ ਜ਼ਿਆਦਾ ਹਿਊਮਨ ਰਾਈਟ ਵਾਇਓਲੇਸ਼ਨ ਹੁੰਦਾ ਖਾਸ ਕਰਕੇ ਬੱਚੇ ਔਰ ਰਵੱਤਾ ਉਹਨਾਂ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿਉਂਕਿ ਬੱਚੇ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ ਜੀ ਬਿਲਕੁਲ ਤੇ ਚੌਥੀ ਗੱਲ ਜਿਹੜੀ ਮਹੱਤਵਪੂਰਨ ਹੈ ਕਿ ਰੂਲ ਆਫ ਲਾ ਜਿਹਨੂੰ ਅਸੀਂ ਇੰਟਰਨੈਸ਼ਨਲ ਲਾ ਜਿਨੇ ਕਿ ਸਾਰੇ ਦੇਸ਼ ਅਗਰ ਕਾਨੂੰਨ ਦੀ ਪਾਲਣਾ ਕਰਨ ਜੀ ਔਰ ਜਿਹੜਾ ਹੈ ਇੱਕ ਦੂਜੇ ਨਾਲ ਸਹਿਯੋਗ ਕਰਨ ਤੇ ਇਹ ਚਾਰ ਮੇਨਲੀ ਇਹਦੇ ਉਦੇਸ਼ ਸੀ ਇਹਦੇ ਨਾਲ ਮਹੱਤਵਪੂਰਨ ਗੱਲ ਹੋਰ ਹੈਗੀ ਹੈ ਕਿ ਕਿ ਕੋਈ ਸਿਧਾਂਤ ਵੀ ਸੀ ਯੂਨਾਈਟਿਡ ਨੇਸ਼ਨ ਦੇ ਜੀ ਉਹਦੇ ਵਿੱਚ ਜ਼ਿੰਮੇਵਾਰੀ ਰਾਜਾਂ ਦੀ ਲਈ ਗਈ ਹੈ ਵੀ ਸਾਰੇ ਰਾਜ ਜਿਹੜੇ ਹੈ ਉਹ ਆਪਣੇ ਸ਼ਾਂਤੀਪੂਰਵਕ ਸਬੰਧ ਰੱਖਣਗੇ ਕੋਈ ਰਾਜ ਕਿਸੇ ਮਤਲਬ ਸਾਰੇ ਰਾਜ ਪਹਿਲੀ ਗੱਲ ਬਰਾਬਰ ਨੇ ਭਾਵੇਂ ਅਮਰੀਕਾ ਦੇ ਭਾਵੇਂ ਨੇਪਾਲ ਹੈ ਬਿਲਕੁਲ ਸਾਰੇ ਇਕਵਲਟੀ ਜਿਹੜੀ ਹੋਏਗੀ ਸੋਵਰਨ ਇਕਵਲਟੀ ਹੋਏਗੀ ਕੋਈ ਰਾਜ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ ਚ ਦਖਲ ਨਹੀਂ ਕਰੇਗਾ ਜੇ ਕੋਈ ਰਾਜ ਆਪਸ ਵਿੱਚ ਉਹਦਾ ਝਗੜਾ ਹੈਗਾ ਤੇ ਉਹ ਸ਼ਾਂਤੀਪੂਰਵ ਤਰੀਕੇ ਰਾਹੀਂ ਜਿਹੜਾ ਹੈ ਉਹਦਾ ਹੱਲ ਹੋਏਗਾ ਔਰ ਕੋਈ ਵੀ ਮਤਲਬ ਯੂਨ ਦੀ ਰੂਲ ਰੈਗੂਲੇਸ਼ਨ ਮਦਦ ਕਰਨੀ ਹੈ ਜਿੱਦਾਂ ਕੋਈ ਸ਼ਾਂਤੀ ਸੈਨਾ ਕਿਤੇ ਭੇਜਣੀ ਯੂਨ ਕੋ ਪਰਮਾਨੈਂਟ ਫੋਰਸ ਤੇ ਹੈਗੇ ਨਹੀਂ ਮੈਂਬਰ ਸਟੇਟ ਕੰਟਰੀਬਿਊਟ ਕਰਨਗੇ ਬਿਲਕੁਲ ਭਾਰਤ ਕਾਫੀ ਵਾਰ ਅਸੀਂ ਇਹ ਕੰਮ ਕੀਤਾ ਹੈ ਅਸੀਂ ਜਿੰਮੇਵਾਰੀ ਨਿਭਾਈ ਹੈ ਹਮਮ ਔਰ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ 51 ਚ ਸਾਰੀਆਂ ਗੱਲਾਂ ਲਿਖੀਆਂ ਹੈ ਕਿ ਅਸੀਂ ਸ਼ਾਂਤੀ ਮੇਨਟੇਨ ਕਰਾਂਗੇ ਰਾਜਾਂ ਨਾਲ ਸੰਬੰਧ ਚੰਗੇ ਰੱਖਾਂਗੇ ਕਿਸੇ ਰਾਜ ਦਖਲ ਨਹੀਂ ਦੇਣਗੇ ਅੰਤਰਰਾਸ਼ਟਰੀ ਸੰਧੀਆਂ ਸਮਝੌਤੇ ਜਿਹੜੇ ਆ ਬਿਲਕੁਲ ਉਹਨਾਂ ਦੀ ਪਾਲਣਾ ਕਰਨਗੇ ਤਾਂ ਕਿ ਇੱਕ ਸ਼ਾਂਤੀਪ੍ਰੀਏ ਜਿਹੜਾ ਵਰਲਡ ਆਰਡਰ ਹੈ ਵਰਲਡ ਆਰਡਰ ਹੈ ਬਿਲਕੁਲ ਉਹਦੀ ਸਥਾਪਨਾ ਕੀਤੀ ਤਾਂ ਤੇ ਮੇਨਟੇਨ ਪੀਸ ਨੂੰ ਮੇ ਖਾਸ ਕਰਕੇ ਪੀਸ ਮੇਨਟੇਨ ਕੀਤੀ ਜਾ ਸਕੀ ਤੇ ਇਹ ਕਿਸ ਸਟਰਕਚਰ ਦੇ ਨਾਲ ਇਹ ਕੰਮ ਕਰਦਾ ਹੈ ਕਿਉਂਕਿ ਬਿਨਾ ਸਟਰਕਚਰ ਦੇ ਤੇ ਕੋਈ ਬਿਲਡਿੰਗ ਵੀ ਨਹੀਂ ਖੜਦੀ ਤੇ ਬਹੁਤ ਵੱਡੀ ਆਰਗੇਨਾਈਜੇਸ਼ਨ ਹੈ ਇਹ ਦੇਖੋ ਜੀ ਇਹ ਬੜਾ ਮਹੱਤਵਪੂਰਨ ਹੈ ਇਸ ਟਾਈਮ ਤੇ ਗੱਲ ਕਰਨਾ ਇਹ ਐਕਚੁਅਲੀ ਜਿਹੜੀ ਸੰਸਥਾ ਹੈ ਬੇਸਿਕਲੀ ਇਹ ਜਿਹੜੇ ਸੈਕੰਡ ਵਰਲਡ ਵਾਰ ਵਿੱਚ ਜਿਹੜੇ ਜਿੱਤੇ ਦੇਸ਼ ਸੀ ਜੋ ਕਿ ਜਰਮਨ ਜਪਾਨ ਹਾਰ ਗਏ ਹਾਂ ਤੇ ਬਾਕੀ ਫਰਾਂਸ ਸੀ ਇੰਗਲੈਂਡ ਸੀ ਰਸ਼ੀਆ ਸੋਵਿਟ ਯੂਨੀਅਨ ਸੀ ਇਹ ਜਿੱਤੇ ਹੋਏ ਦੇਸ਼ਾਂ ਦਾ ਸੰਗਠਨ ਹੈ ਤੇ ਜੋ ਜਦੋਂ ਜਿਹੜਾ ਬੰਦਾ ਜਿੱਤਿਆ ਹੋਏ ਉਹ ਆਪਣੇ ਹਿਸਾਬ ਨਾਲ ਸਭ ਕੁਝ ਬਣਾਉਂਦਾ ਬਿਲਕੁਲ ਔਰ ਇਹਦੇ ਵਿੱਚ ਮੈਂ ਤੁਹਾਨੂੰ ਇੱਥੇ ਦੱਸ ਦਿਆਂ ਕਿ 6 ਪਛਾਵਾਂ ਨੇ ਵਰਕਿੰਗ ਲੈਂਗੁਏਜ ਹੈ ਉਹ ਉਹਨਾਂ ਦੇਛਾਂ ਦੀਆਂ ਜਿਹੜੇ ਜਿੱਤੇ ਨੇ ਜਿੱਤੇ ਨੇ ਜਿਹੜੇ ਪੰਜ ਦੇਸ਼ ਜਿਨ੍ਹਾਂ ਨੂੰ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ ਉਹ ਵੀਟੋ ਦਾਦਾ ਨੇ ਜਿਨ੍ਹਾਂ ਕੋਲ ਖਾਸ ਪਾਵਰ ਹੈ ਹੂੰ 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 ਤੇ ਇਹਦੇ 6 ਹੀ ਅੰਗ ਨੇ ਜੀ ਪਹਿਲੇ ਨੰਬਰ ਤੇ ਜਿਹੜਾ ਜਰਨਲ ਅਸੈਂਬਲੀ ਹੈ ਮਹਾ ਸਭਾ ਜੀ ਨਾਮ ਤੋਂ ਹੀ ਸਪਸ਼ਟ ਹੈ ਕਿ ਇਹ ਇੱਕ ਤਰ੍ਹਾਂ ਦਾ ਪਾਰਲੀਮੈਂਟ ਕਹਿ ਲੋ ਇਹ ਮਤਲਬ ਵਿਸ਼ਵ ਦੀ ਪੰਚਾਇਤ ਹੈ ਹਮ ਹਮ ਇੱਕ ਮੈਂਬਰ ਇੱਕ ਦੇਸ਼ ਜਿਹੜਾ 193 ਇਸ ਵੇਲੇ ਮੈਂਬਰ ਨੇ ਭਾਰਤ ਉਹਨਾਂ ਵਿੱਚੋਂ ਮੋਢੀ ਮੈਂਬਰ ਅਸੀਂ ਮਤਲਬ ਜਦੋਂ ਡਾਕੂਮੈਂਟ ਸਾਈਨ ਹੋਇਆ ਤਾਂ ਅਸੀਂ ਮੋਢੀ ਮਤਲਬ ਫਾਊਂਡਰ ਮੈਂਬਰ ਵਿੱਚ ਆਉਣੇ ਆ ਦੇ ਕੇ ਬਾਅਦ ਤਾਂ ਜ਼ਿਆਦਾ ਬਾਤ ਚੋ ਹੈ ਹਮ ਹਮ ਔਰ ਉਹਦੇ ਵਿੱਚ ਅਗਰ ਤੁਸੀਂ ਦੇਖੋ ਪਹਿਲੇ ਨੰਬਰ ਤੇ ਜਨਰਲ ਅਸੈਂਬਲੀ ਹੈ ਉਹਦੇ ਵਿੱਚ ਇੱਕ ਮੈਂਬਰ ਇੱਕ ਵੋਟ ਮਤਲਬ ਇੱਥੇ ਡੈਮੋਕ੍ਰੇਸੀ ਹੈਗੀ ਹੈ ਹੈਗੀ ਔਰ ਇਹ ਜਿਹੜਾ ਹੈ ਸਿੰਪਲ ਮੈਜੋਰਟੀ ਨਾਲ ਜਾਂ 2/3 ਮੈਜੋਰਟੀ ਨਾਲ ਕੋਈ ਨਵੇਂ ਮੈਂਬਰ ਐਡ ਕਰਨੇ ਹਨ ਹਮ ਹਮ ਉਹਨਾਂ ਦਾ ਜਿਹੜਾ ਹੈ ਇਹ ਮਤਲਬ ਇਹ ਸਾਲ ਵਿੱਚ ਇੱਕ ਵਾਰ ਹੀ ਮਿਲਦੀ ਹੈ ਸਤੰਬਰ ਦਾ ਮਹੀਨਾ ਪਿੱਛੇ ਸੈਸ਼ਨ ਹੋਇਆ ਹੈ ਤੇ ਉਹਦੇ ਵਿੱਚ ਚਰਚਾ ਹੱਦ ਦੇਸ਼ ਦਾ ਉੱਥੇ ਪ੍ਰਤਿਤਨਤ ਜਾਂਦਾ ਹੈ ਤੇ ਉੱਥੇ ਵਿਸ਼ਵ ਦੇ ਮੁੱਦਿਆਂ ਬਾਰੇ ਜਿਹੜੀ ਹੈ ਗੱਲਬਾਤ ਹੁੰਦੀ ਆ ਇਹ ਕਿ ਆਪਣਾ ਪ੍ਰੈਜ਼ੀਡੈਂਟ ਚੁਣਦੇ ਆ ਔਰ ਇਹ ਮਤਲਬ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਹੈ ਇਹਦੇ ਵਿੱਚ ਜਿਹੜਾ ਪ੍ਰੋਬਲਮ ਇੱਥੇ ਹੈ ਕਿ ਇਹ ਰਿਕਮੈਂਡੇਟਰੀ ਹੈ ਜੀ ਮਤਲਬ ਇਹ ਸੁਝਾਅ ਸਿਫਾਰਿਸ਼ ਕਰ ਸਕਦੇ ਕਰਨਾ ਨਹੀਂ ਕਰਨਾ ਉਹ ਅਸਲੀ ਪਾਵਰ ਜਿਹੜੀ ਸਿਕਿਉਰਿਟੀ ਕੌਂਸਲ ਕੋਲ ਇਹ ਤੇ ਪਹਿਲਾ ਜਿਹੜਾ ਹੈ ਜੇ ਸੰਖੇਪ ਚ ਅਸੀਂ ਗੱਲ ਕਰੀਏ ਜੀ 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 ਦੂਜੇ ਨੰਬਰ ਤੇ ਸਿਕਿਉਰਿਟੀ ਕੌਂਸਲ ਹੈ ਜਿਹੜੀ ਸ਼ਕਤੀਸ਼ਾਲੀ ਸੰਗਠਨ ਹੈ ਔਰ ਇਹਦੇ ਕੋਲ ਇਹ ਸਭ ਤੋਂ ਜ਼ਿਆਦਾ ਮੈਂ ਇਹਦੇ ਬਾਰੇ ਬਾਅਦ ਚ ਤੁਹਾਡੇ ਨਾਲ ਚਰਚਾ ਕਰੂੰਗਾ ਕਿਉਂਕਿ ਇਹ ਬੜਾ ਗੰਭੀਰ ਜਿਆ ਮਸਲਾ ਹੈ ਜਿਸ ਤੇ ਚਰਚਾ ਵੀ ਹੋ ਰਹੀ ਹੈ ਕਿ ਇਹਦੇ ਵਿੱਚ ਸੁਧਾਰ ਕਰਨੇ ਚਾਹੀਦੇ ਹੂੰ ਹੂੰ ਤੀਸਰੇ ਨੰਬਰ ਦੇ ਸਾਡੇ ਕੋਲ ਜਿਹੜਾ ਹੈ ਉਸ ਇੰਟਰਨੈਸ਼ਨਲ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਜਿਹੜੇ ਪੂਰੀ ਦੁਨੀਆ ਦੇ ਜਿਹੜੇ ਲੋਕ ਹੈ ਸਮਾਜਿਕ ਆਰਥਿਕ ਵਿਕਾਸ ਜੀ 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 ਔਰ ਕਲਾਈਮੇਟ ਚੇਂਜ ਸਸਟੇਨੇਬਲ ਡਿਵੈਲਪਮੈਂਟ ਇਹ ਸਾਰਾ ਜਿਹੜਾ ਓਵਰ ਆਲ ਜਿਹਨੂੰ ਕਹਿੰਦੇ ਡਿਵੈਲਪਿੰਗ ਕੰਟਰੀ ਜਿਹੜੇ ਆ ਰੋਟੀ ਕਪੜਾ ਮਕਾਨ ਵਾਲੀ ਜੀ ਸਮੱਸਿਆ ਹੈ ਵੀ ਉਹ ਸ਼ਾਂਤੀ ਤਾਂ ਨਹੀਂ ਆ ਸਕਦੀ ਜੇਕਰ ਹਰ ਆਦਮੀ ਦੀ ਭੁੱਖ ਨਹੀਂ ਸ਼ਾਂਤ ਹੋਏਗੀ ਜੀ ਚੌਥੇ ਨੰਬਰ ਤੇ ਸਾਡੇ ਕੋਲ ਟਰਸਟੀ ਟ੍ਰ ਕਾਉਂਸਲ ਹੈ ਉਹ ਕਰ ਉਹਦਾ ਕੋਈ ਜ਼ਿਆਦਾ ਰੋਲ ਨਹੀਂ ਹੈ ਜਦੋਂ ਕਲੋਨੀਆਂ ਦੇ ਅੰਦਰ ਕੁਝ علاقے ਸੀ ਉਹ ਸੁਤੰਤਰ ਹੋ ਗਏ ਤੇ ਫਿਰ ਉਹ 5 ਮੈਂਬਰਸ ਨੂੰ ਜਿਹੜੇ ਵਿਟੋ ਵਾਲੇ ਸੀ ਵੀ ਤੁਸੀਂ ਇਹਨਾਂ ਦਾ ਧਿਆਨ ਰੱਖੋ ਤੇ ਇਹਨਾਂ ਦੀ ਸੁਪਰਵੀਜ਼ਨ ਕਰੋ ਉਹ ਲਗਭਗ ਜਾਂ ਤੇ ਕੋਈ ਉਹਨਾਂ ਚੋਂ ਸਟੈਟਿਟੀ ਤੋਂ ਨਵਾਂ ਦੇਸ਼ ਬਣ ਗਿਆ ਜਾਂ ਕਿਸੇ ਹੋਰ ਦੇਸ਼ ਨੂੰ ਜੁਆਇਨ ਕਰ ਲਿਆ ਉਹਦਾ ਕੋਈ ਰੋਲ ਨਹੀਂ ਜ਼ਿਆਦਾ ਹੈਗਾ ਜੀ 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 ਤੇ ਛੇਵੀਂ ਚੀਜ਼ ਜਿਹੜੀ ਹੈ ਉਹ ਸੈਕਟਰੀਏਟ ਹੈ ਸੈਕਟਰੀ ਜਰਨਲ ਦਾ ਜਿਹੜਾ ਦਫ਼ਤਰ ਅਮਲਾ ਫੈਲਾ ਜਿਹੜਾ ਹੈ ਜੀ ਕਿਉਂਕਿ ਇਸ ਵੇਲੇ ਜਿਹੜਾ ਹੈ ਆ ਸਾਡੇ ਕੋਲ ਜਿਹੜੇ ਐਂਟੋਨੀਓ ਗਟਰਸ ਜਿਹੜੇ ਬੜਾ ਇੰਪੋਰਟੈਂਟ ਅਹੁਦਾ ਹੈ ਸੈਕਟਰੀ ਜਰਨਲ ਦਾ ਕਿਉਂਕਿ ਉਹ ਹੀ ਮਲੇਕ ਸੀਓ ਟਾਈਪ ਜਿਹੜਾ ਕਹਿ ਲੋ ਤੁਸੀਂ ਪੂਰਾ ਇਨਚਾਰਜ ਹੈ ਤੇ ਇਹ ਨਿਊਯਾਰਕ ਵਿੱਚ ਹੈ ਸਾਰੇ ਦਫਤਰ ਯੂਨ ਦੇ ਸਾਰੇ ਚਾਰ ਜਿਹੜੇ ادارے ਛੇ ادارے ਨੇ ਸવાય ਇੱਕ ਦੇ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਉਹ ਵੀ ਇੱਕ ਬੜਾ ਮਹੱਤਵਪੂਰਨ ਅੰਗ ਹੈ ਬਿਲਕੁਲ ਕਿ ਜੇ ਦੋ ਰਾਜਾਂ ਵਿੱਚ ਕੋਈ ਕਾਨੂੰਨੀ ਝਗੜਾ ਹੋ ਜੇ ਤੇ ਉਹ ਆਪਣਾ ਮਸਲਾ ਉੱਥੇ ਲੈ ਸਕਦੇ ਔਰ ਉਥੇ ਮੈਂ ਮੈਂਸ਼ਨ ਕਰਾਂਗਾ ਕਿ ਸਾਡੇ ਜਿਹੜੇ ਦਲੀ ਬਲਬੀਰ ਭੰਡਾਰੀ ਜਿਹੜੇ ਨੇ ਉਹ ਉਥੇ ਜੱਜ ਨੇ ਅੱਛਾ ਜੀ ਆ ਇੰਟਰਨੈਸ਼ਨਲ ਕੋਰਟ ਉਹ ਹੈਗ ਵਿੱਚ ਹੈ ਹਮ ਹਮ ਹੈਗ ਨੈਦਰਲੈਂਡ ਚ ਹੈ ਹਮ ਔਰ ਇੱਕੋ ਇੱਕ ਸੰਸਥਾ ਜਿਹੜਾ ਜਿਹੜਾ ਇੱਕ ਅੰਗ ਬਾਹਰ ਹੈ ਉਹ ਮਤਲਬ ਨਿਊਯਾਰਕ ਤੋਂ ਬਾਹਰ ਹੈ ਹਮ 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 ਤੇ ਇਹ ਰਾਜਾਂ ਦੇ ਝਗੜੇ ਜਿਹੜੇ ਹੈ ਜਿਹੜਾ ਮੇਨ ਮੁੱਦਾ ਹੈ ਜਿਹੜਾ ਚर्चा ਦਾ ਮੁੰਡਾ ਉਹ ਸਕਿਉਰਿਟੀ ਕਾਉਂਸਲ ਹੈ ਸਕਿਉਰਿਟੀ ਕਾਉਂਸਲ ਕਹ ਲਓ ਤੁਸੀਂ ਕਾਰਜ ਐਗਜ਼ੀਕਟਿਵ ਹੈ ਇੱਕ ਤਰ੍ਹਾਂ ਨਾ ਕੈਬਨਟ ਕਮੇਟੀ ਕਹ ਲਓ ਜਿਹਦੇ 10 ਮੈਂਬਰ ਮਤਲਬ 15 ਮੈਂਬਰ ਨੇ ਟੋਟਲ ਪੰਜ ਮੈਂਬਰ ਜਿਹੜੇ ਨੇ ਉਹ ਸਪੈਸ਼ਲ ਹੈ ਉਹਨਾਂ ਕੋ ਪ੍ਰਵਿਲੇਜ ਹੈ ਜਿਹਦੇ ਵਿੱਚ ਜਿਹੜਾ ਹੈ ਅਮਰੀਕਾ ਹੈ ਯੂਕੇ ਹੈ ਇੰਗਲੈਂਡ ਹੈ ਤੇ ਪਹਿਲੇ ਸੋਵੀਅਤ ਯੂਨੀਅਨ ਦੀ ਜਗ੍ਹਾ ਰਸ਼ੀਨ ਫੈਡਰੇਸ਼ਨ ਆ ਗਈ ਅੱਛਾ ਉਹ ਫਿਰ ਚੀਨ ਉਹਦਾ ਜਿਹੜਾ ਮੈਂਬਰ ਹੈ ਹਾਂਜੀ ਔਰ ਫਰਾਂਸ ਉਦ ਦਾ ਮੈਂਬਰ ਹੈ 8 ਪੰਜ ਦੇਸ਼ ਜਿਹੜੇ ਲੜਾਈ ਜਿੱਤੇ ਸੀ ਅੱਛਾ ਜੀ ਜਿੱਤਿਆਂ ਦੀ ਸੰਸਥਾ ਹੈ ਮੱਲੋ ਅੱਛਾ ਅੱਛਾ ਜੀ ਇਹਨਾਂ ਨੂੰ ਸਪੈਸ਼ਲ ਪਾਵਰ ਹੈ ਇਹਨੂੰ ਕਹਿੰਦੇ VETO ਪਾਵਰ VETO ਪਾਵਰ ਕੀ ਹੈ 네ਗੇਟਿਵ ਪਾਵਰ ਹੈ ਰਿਜੈਕਟ ਕਰਨਾ ਕਿਸੇ ਮਤੇ ਨੂੰ ਅੱਛਾ ਜੀ ਪੰਜ ਇਹ ਤੇ 10 ਨਾਨ ਪਰਮਨੈਂਟ ਮੈਂਬਰ ਨਾਨ ਪਰਮਨੈਂਟ ਵਿੱਚ ਹਰ ਦੇਸ਼ ਦੀ ਵਾਰੀ ਆਉਣੀ ਹੈ 2 ਸਾਲ ਉਹਨੇ ਟਿਨਯੋਰ ਉਹਦੀ ਚਲਣੀ ਹੈ ਉਹ ਬਦਲਦੇ ਰਹਿਣੇ ਹਨ ਅੱਛਾ ਜੀ ਭਾਰਤ ਕੋਈ 8 ਕੁ ਵਾਰ ਬਣ ਚੁੱਕਾ ਅੱਛਾ ਜਨਰਲ ਅਸੈਂਬਲੀ ਵਿੱਚ ਵੀ ਖੈਰ ਅਸੀਂ ਸਾਡੀ ਜਿਹੜੀ ਵਿਜੇ ਲక్ష్ਮੀ ਪੰਡਤ ਸੀ ਉਹ ਪ੍ਰੈਜ਼ੀਡੈਂਟ ਰਹੀ ਹੈ ਇਸ ਸੰਸਥਾ ਦੀ ਮਤਲਬ ਅਸੀਂ ਸ਼ੁਰੂ ਤੋਂ ਹੀ ਇਸ ਸੰਸਥਾ ਨਾਲ ਜੁੜੇ ਰਹੇ ਹਾਂ ਸਾਡਾ ਵਿਸ਼ਵਾਸ ਹੈ ਇਸ ਸੰਸਥਾ ਵਿੱਚ ਕਿਉਂਕਿ ਭਾਰਤ ਤੇ ਬੇਸਿਕਲੀ ਹੈ ਹੀ ਬੁੱਧ ਦਾ ਦੇਸ਼ ਹੈ ਗਾਂਧੀ ਦਾ ਦੇਸ਼ ਹੈ ਸ਼ੋਕਰ ਦਾ ਦੇਸ਼ ਹੈ ਅਸੀਂ ਤਾਂ ਲੜਾਈ ਨੂੰ ਕਦੀ ਪ੍ਰੈਫਰੈਂਸ ਦਿੱਤੀ ਨਹੀਂ ਹੈ ਤੇ ਨਾ ਹੀ ਅਸੀਂ ਕਰੀ ਕਹੇ ਤੇ ਹਮਲਾ ਕੀਤਾ ਅਸੀਂ ਤਾਂ ਸ਼ਾਂਤੀ ਵਾਲੇ ਬੰਦੇ ਹੈਗੇ ਆ ਕਿਉਂਕਿ ਸ਼ਾਂਤੀ ਚ ਹੀ ਵਿਕਾਸ ਸੰਭਵ ਹੈ ਇਹ ਇਸ ਦਿਨ ਦੇ ਸਬੰਧ ਨਾਲ ਕੋਈ ਥੀਮ ਸਪੈਸੀਫਿਕਲੀ ਰੱਖਿਆ ਜਾਂਦਾ ਹੈ ਵੀ ਹਰ ਸਾਲ ਇਸ ਰਾਹ ਦੇ ਉੱਤੇ ਕੰਮ ਕਰਨਾ ਹੈ ਜਾਂ ਅਸੀਂ ਇਸ ਵਾਰੀ ਵਰਲਡ ਲੈਵਲ ਦੇ ਉੱਤੇ ਆ ਥੀਮ ਬਣਾ ਦਿੱਤਾ ਤੇ ਉਸ ਥੀਮ ਦੇ ਉੱਤੇ ਹੀ ਅਸੀਂ ਕੰਮ ਕਰਾਂਗੇ ਨਹੀਂ ਇਸ ਤਰ੍ਹਾਂ ਨਹੀਂ ਹੈ ਕੋਈ ਐ ਸੱਚ ਤੇ ਥੀਮ ਨਹੀਂ ਐਸੀ ਰੱਖਿਆ ਯੂਨ ਦਾ ਬੇਸਿਕਲੀ ਤਾਂ ਪੀਸ ਐਂਡ ਸਿਕਿਉਰਿਟੀ ਹੈ ਕਿਉਂਕਿ ਜਿਹੜੀ ਸਿਕਿਉਰਿਟੀ ਕਾਉਂਸਲ ਦੀ ਜਿਹੜਾ ਯੂਨ ਦੇ ਵਿੱਚ ਲਿਖਿਆ ਹੈ ਕਿ ਇਹ ਸ਼ਾਂਤੀ ਤੇ ਸੁਰੱਖਤਾ ਨੂੰ ਕਾਇਮ ਕਰਨਾ ਪ੍ਰਾਇਮਰਲੀ ਪ੍ਰਮੁਖ ਤੌਰ ਤੇ ਯੂਨ ਦੀ ਯੂਨ ਸਿਕਿਉਰਿਟੀ ਕਾਉਂਸਲ ਦੀ ਜ਼ਿੰਮੇਵਾਰੀ ਜੀ 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 ਕਿਉਂਕਿ ਜਿਹੜੇ ਸ਼ਕਤੀਸ਼ਾਲੀ ਦੇਸ਼ ਹੋਣਗੇ ਨਾ ਉਹਨਾਂ ਦੀ ਚੱਲੇਗੀ ਤੇ ਉਹ ਹੀ ਸ਼ਾਂਤੀ ਮੇਨਟੇਨ ਕਰਨ ਵਿੱਚ ਮਦਦ ਕਰ ਸਕਦੇ ਬਿਲਕੁਲ ਬਿਲਕੁਲ ਹੁਣ ਜਿਹੜੀ ਸਮੱਸਿਆ ਇੱਥੇ ਹੈ ਕਿ ਵੀ ਜਿਹੜੀ ਸਕਿਉਰਿਟੀ ਕਾਉਂਸਲ ਹੈ ਇਹ ਛਿਆਂ ਵਿੱਚੋਂ ਜਿਹੜੇ ਅੰਗ ਨੇ ਮੋਸਟ ਅਨਡੈਮੋਕਰੈਟਿਕ ਹੈ ਹੂੰ ਹੂੰ ਕਿਉਂਕਿ ਇੱਕ ਪਾਸੇ ਤੇ ਅਸੀਂ ਇਹ ਕਹਿੰਦੇ ਆ ਯੂਨ ਚ ਲਿਖਿਆ ਆ ਵੀ ਸੋਵਰਨ ਕੁਆਲਟੀ ਸਾਰੇ ਦੇਸ਼ ਬਰਾਬਰ ਨੇ ਤੇ ਹਰ ਦੇਸ਼ ਦੀ ਇਕਤਾ ਖੰਡਤਾ ਜਿਹੜੀ ਹੈ ਉਹ ਬਰਕਰਾਰ ਰੱਖਣੀ ਚਾਹੀਦੀ ਹੈ ਬਿਲਕੁਲ ਪਰ ਇਥੇ ਜਿਹੜਾ ਹੈ ਕਿ ਭਈ ਜਿਹੜੇ ਕੋਈ ਵੀ ਮਤਾ ਯੂਨ ਵਿੱਚ ਆਂਦਾ ਹੈ ਸਕਿਉਰਿਟੀ ਕੌਂਸਲ ਦੇ ਸਾਹਮਣੇ ਆਉਂਦਾ ਹੈ ਕੋਈ ਲੜਾਈ ਦਾ ਮਸਲਾ ਜਾਂ ਕੋਈ ਹੈ ਇਹਦਾ ਇਹਦਾ ਕੰਮ ਇਹੀ ਹੈ ਜੀ ਜੀ ਕਿ ਲੜਾਈ ਜਿਹੜੀ ਪਹਿਲੀ ਗੱਲ ਹੋਵੇ ਹੀ ਨਾ ਜੀ ਜੀ ਤੇ ਜੇ ਹੋਵੇ ਤੇ ਦੇਖਣਾ ਉਹਦੇ ਕਾਰਨ ਕੀ ਹੈ ਕਾਰਨ ਕੀ ਹੈ ਤੇ ਜੇ ਉਹ ਚੱਲ ਰਹੀ ਹੈ ਤੇ ਫਿਰ ਜਿਹੜੇ ਮੈਂਬਰ ਸਟੇਟ ਹੈ ਉਹਨਾਂ ਨੂੰ ਕਹਿਣਾ ਵੀ ਪਹਿਲੇ ਤੇ ਪਿਆਰ ਨਾਲ ਵੀ ਉਹਨਾਂ ਉੱਪਰਦ ਪਾਬੰਦੀਆਂ ਲਾਈਆਂ ਜਾਂਦੀਆਂ ਆਰਥਿਕ ਪਾਬੰਦੀਆਂ ਵੀ ਕੋਈ ਇਹਨਾਂ ਨਾਲ ਵਪਾਰ ਨਾ ਕਰੇ ਜੀ 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 ਇਸ ਵੇਲੇ ਜਿਹੜਾ ਹੈ ਰਸ਼ੀਆ ਦੇ ਵਿੱਚ ਪਾਬੰਦੀਆਂ ਲੱਗੀਆਂ ਫਿਰ ਜੇ ਉਹ ਨਾ ਮੰਨੇ ਤੇ ਫਿਰ ਮਿਲਟਰੀ ਮੇਅਰ ਵੀ ਲੈ ਸਕਦੇ ਆ ਤੇ ਮਿਲਟਰੀ ਮੇਅਰ ਵਿੱਚ ਕੀ ਹੁੰਦਾ ਵੀ ਯੂਨਕੋ ਆਪਣੀ ਫੌਰੀ ਹੈਗੀ ਨਹੀਂ ਆ ਫਿਰ ਮੈਂਬਰ ਸਟੇਟਸ ਨੂੰ ਰਿਕਵੈਸਟ ਕਰੇਗਾ ਕਿ ਭਾਈ ਸਾਹਿਬ ਸਾਰੇ ਜਿਹੜੇ ਆ ਨਾ ਸਹਿਯੋਗ ਕਰੋ ਹੂੰ ਹੂੰ ਤੇ ਆਪੋ ਆਪਣਾ ਕੋਈ ਨੇਵੀ ਦੇ ਦਿੰਦਾ ਜੇ ਜ਼ਰੂਰਤ ਹੋਵੇ ਪਾਣੀ ਵਾਲਾ ਜੇ ਕੋਈ 에어 ਫੋਰਸ ਦੇ ਦਿੰਦਾ ਕੋਈ ਸੈਨਿਕ ਕੋਈ ਮੈਡੀਕਲ ਯੂਨਿਟ ਦੇ ਦਿੰਦਾ ਤੇ ਫਿਰ ਯੂਨ ਦੀ ਦੇਖਰੇਖ ਵਿੱਚ ਇੱਕ ਸਾਂਝੀ ਸੈਨਾ ਉਹਨੂੰ ਕਹਿੰਦੇ ਐ ਪੀਸਕੀਪਿੰਗ ਯੂਨ ਪੀਸਕੀਪਿੰਗ ਫੋਰਸ ਤੁਸੀਂ ਦੇਖਿਆ ਵੀ ਹੋਏਗਾ ਕਿ ਜਦੋਂ ਭਾਰਤੀ ਜਿਹੜੇ ਹੈ ਤੁਸੀਂ ਹੁਣ ਵੀ ਲਬਨਾਨ ਵਿੱਚ ਜਦੋਂ ਹਮਲਾ ਹੋਇਆ ਜੀ 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 ਤੇ ਉੱਥੇ 900 ਦੇ ਕਰੀਬ ਭਾਰਤੀ ਸੈਨਾ ਮਤਲਬ ਇਹ ਵੀ ਬੜਾ ਵਾਦ-ਵਾਦ ਹੋ ਗਿਆ ਉੱਤੇ ਕਿ ਭਈ ਇਹ ਜਿਹੜਾ ਇਜ਼ਰਾਈਲ ਜਿਹੜਾ ਹੈ ਉੱਤੇ ਯੂਨ ਦੇ ਜਿਹੜੇ ਅਧਿਕਾਰੀ ਹੈ ਸ਼ਾਂਤੀ ਵਾਲੇ ਉਹਨਾਂ ਤੇ ਵੀ ਹਮਲਾ ਹੋ ਗਿਆ ਹਮਲਾ ਤੇ ਉਹ ਅੱਗੋਂ ਕਹਿੰਦੇ ਆ ਕਿ ਭਈ ਦੈਂ ਭਈ ਇਹ ਜਿਹੜੇ ਲੋਕ ਹੈ ਜਿਹੜੇ ਟੈਰਰਿਸਟ ਹੈ ਉਹ ਲੋਕਾਂ ਦੇ ਵਿੱਚ ਛੁਪ ਜਾਂਦੇ ਸੀ ਕਿ ਕਰੀਏ ਹਾਂ ਹੂੰ ਤੇ ਉਹਨਾਂ ਦੀ ਸੁਰੱਖਿਤਾ ਜਦੋਂ ਉਹ ਭਾਰਤਿਕੋ ਜਾਏਗਾ ਨਾ ਤੇ ਉਹਦਾ ਜਿਹੜਾ ਯੂਨੀਫਾਰਮ ਹੋਏਗੀ ਇੱਕ ਪਾਸੇ ਇੰਡੀਆ ਹੋਏਗਾ ਦੂਜੇ ਪਾਸੇ ਯੂਨ ਜਿਹੜਾ ਜਿਹੜਾ ਨੀਲੇ ਰੰਗ ਦਾ ਉਹਦਾ ਜਿਹੜਾ ਹੈਟ ਵੀ ਜਿਹੜਾ ਪਾਏਗਾ ਨਾ ਉਹ ਯੂਨ ਦਾ ਉਹਦੇ ਅਧੀਨ ਹੈ ਉਹ ਯੂਨ ਹਾਂ ਉਹ ਉਹਦੇ ਮੁਤਾਬਕ ਜਿਹੜਾ ਹੈ ਹੂੰ ਹੂੰ ਯੂਨ ਜਿਹੜਾ ਹੈ ਕਿਤੇ ਵੀ ਸ਼ਾਂਤੀ ਸਥਾਪਿਤ ਕਰਨ ਵਾਸਤੇ ਤੇ ਭਾਰਤ ਨੂੰ ਤੇ ਮੰਨਿਆ ਅਸੀਂ ਕੋਈ 49 ਟਾਈਮ ਹੂੰ ਹੂੰ ਯੂਨਿਸ ਸੇਵਾ ਜਿਹੜੀ ਚਾਂਤੀ ਸੇਵਾ ਦੇ ਵਿੱਚ ਅਸੀਂ ਜਿਹੜਾ ਹੈ ਮਤਲਬ ਪ੍ਰੋਬਲਮ ਇੱਥੇ ਇਹੀ ਹੈ ਕਿ ਜਿਹੜੇ ਜੀ ਸਪੈਸ਼ਲ ਪਾਵਰ ਜਿਹੜੀ ਹੈ ਉਹ ਪੰਜ ਦੇਸ਼ਾਂ ਨੂੰ ਹੈ ਹਮਮਤਲਬ 15 ਮੈਂਬਰ ਟੋਟਲ ਨੇ ਮੰਨ ਲਓ 14 ਇੱਕ ਪਾਸੇ ਹੈ ਤੇ ਇੱਕ ਉਂਗਲੀ ਖੜਾ ਕਰਦਾ ਹੈ ਕਿ ਨਹੀਂ ਵੇ ਮੈਨੂੰ ਨਹੀਂ ਮਨਜ਼ੂਰ ਉਹ ਮਤਾ ਪਾਸ ਨਹੀਂ ਹੋ ਸਕਦਾ ਹਮਮਤਲਬ 5 4 ਅੱਛਾ ਪੰਜ ਇੱਕ رائے ਹੋਣ ਤੇ ਚਾਰ ਦੇਸ਼ਾਂ ਤੋਂ ਜਿਹੜੇ ਮਰਜੀ ਹੋਣ 9 ਹਮਮ ਤੇ ਮਤਾ ਪਾਸ ਹੋਏਗਾ ਮਤਾ ਪਾਸ ਮੈਜੋਰਟੀ ਹੋਗੀ ਹਾਂ ਲੇਕਿਨ ਜੇ ਪੰਜਾਂ ਵਿੱਚੋਂ ਇੱਕ ਨੇ ਵੀ ਨਾ ਕਰਤੀ ਹਮ ਇਟ ਇਜ਼ ਕਾਲਡ ਵੀਟੋ ਪਾਵਰ ਵੀਟੋ ਪਾਵਰ ਮਲੋ ਨੈਗੇਟਿਵ ਪਾਵਰ ਹੈ ਔਰ ਇਹ ਅਨਲਿमिटेड ਟਾਈਮ ਤੁਸੀਂ ਯੂਜ਼ ਕਰ ਸਕਦੇ ਹੋ ਹਮ ਭਾਰਤ ਦਾ ਡਿਸਟ੍ਰਿਕਟ ਕੋਨ ਇਹ ਹੈ ਕਿ ਦੇਖੋ 51 ਮੈਂਬਰ ਸੀ ਜਦੋਂ ਯੂਨ ਬਣ ਗਈ ਹਮ ਹੁਣ 4 ਗੁਣਾ ਮੈਂਬਰ ਵਧ ਗਏ ਬਿਲਕੁਲ ਹੁਣ ਅੰਤਰਰਾਸ਼ਟਰੀ ਸਿਨੈਰੀਓ ਸਾਰਾ ਬਦਲ ਗਿਆ ਹੈ ਹੂੰ ਹੂੰ ਭਾਰਤ ਦਾ ਹੀ ਅਗਰ ਅਸੀਂ ਦੇਖ ਲਈਏ ਵੀ ਭਾਰਤ ਹੁਣ ਦੁਨੀਆ ਦੇ ਵਿੱਚ ਬੜੇ ਅਗਾਹ ਬਧੂ ਹੈ ਭਾਰਤ ਦੀ ਬੜੀ ਸੇ ਹੈ ਤੁਸੀਂ ਦੇਖੋ ਲੜਾਈ ਚੱਲ ਰਹੀ ਹੈ ਦੋ ਤਰ੍ਹਾਂ ਦੀ ਲੇਕਿਨ ਸਾਡੀ ਸਾਰੇ ਨਾ ਦੋਸਤੀ ਹੈ ਯੂਨ ਜਦੋਂ ਤੋਂ ਯੂਨਾਈਟਿਡ ਨੇਸ਼ਨ ਸੰਗਠਨ ਬਣਿਆ ਹੈ ਜਦੋਂ ਤੋਂ ਇਹ ਕੰਮ ਕਰ ਰਿਹਾ ਹੈ ਜਦੋਂ ਤੋਂ ਹੋਂਦ ਦੇ ਵਿੱਚ ਆਇਆ ਹੈ ਜੀ ਉਦੋਂ ਤੋਂ ਲੈ ਕੇ ਅੱਜ ਅਸੀਂ 2024 ਤੱਕ ਜੇ ਭਾਰਤ ਦੇ ਰੋਲ ਨੂੰ ਵੇਖਣਾ ਹੋਵੇ ਤਾਂ ਤੁਸੀਂ ਇਸ ਰੋਲ ਨੂੰ ਕਿਵੇਂ ਵੇਖਦੇ ਹੋ ਦੇਖੋ ਇਹ ਬੜਾ ਮਹੱਤਵਪੂਰਨ ਹੈ ਕਿ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਮੋਦੀ ਮੈਂਬਰਾਂ ਚੋਂ ਰਹੇ ਹਾਂ ਔਰ ਭਾਰਤ ਇੱਕ ਸ਼ਾਂਤੀਪ੍ਰੀਅ ਦੇਸ਼ ਹੈ ਜਦੋਂ ਮੈਂ ਦੱਸਿਆ ਸਾਡੇ ਸੰਵਿਧਾਨ ਚ ਵੀ ਇਹ ਜ਼ਿਕਰ ਕੀਤਾ ਹੈ ਡਾਇਰੈਕਟਰ ਪ੍ਰਿੰਸੀਪਲ ਵਿੱਚ ਆਰਟੀਕਲ 51 ਵਿੱਚ ਹਮ ਤੇ ਅਸੀਂ ਤੋਂ ਈਵਨ ਕਸ਼ਵੀਰ ਦਾ ਮਸਲਾ ਵੀ ਜਿਹੜਾ ਯੂਨ ਚ ਖੜਿਆ ਸੀ ਹਮ ਹਮ ਕਿ ਭਈ ਇਹ ਹੈ ਸਮੱਸਿਆ ਜਿਹੜੀ ਹੈ ਇਹਦਾ ਹੱਲ ਉੱਥੇ ਸਾਨੂੰ ਮਤਲਬ ਨਿਆ ਨਹੀਂ ਮਿਲਿਆ ਹਮ ਕਿਉਂਕਿ ਉੱਥੇ ਜਿਹੜੇ ਸ਼ਕਤੀਸ਼ਾਲੀ ਦੇਸ਼ ਸੀ ਉਹ ਸਾਡੇ ਨਾਲ ਖੜੇ ਨਹੀਂ ਹੋਏ ਖੜੇ ਨਹੀਂ ਹੋਏ ਔਰ ਭਾਰਤ ਦਾ ਯੋਗਦਾਨ ਤੁਸੀਂ ਦੇਖੋ UN ਦੇ ਹਰ ਪ੍ਰੋਗਰਾਮ ਵਿੱਚ ਹੈ ਚਾਹੇ ਉਹ ਯੂਨਾਈਟਿੰਗ ਪੀਸ ਹੋਵੇ ਚਾਹੇ ਉਹ ਆਰਥਿਕ ਤੌਰ ਤੇ ਹੋਵੇ ਹਮ ਹਮ ਤੇ ਲੇਕਿਨ ਹੁਣ ਭਾਰਤ ਦੀ ਸਥਿਤੀ ਜਿਹੜੀ ਹੈ ਉਹ ਪਹਿਲੇ ਨਾਲੋਂ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ ਸ਼ਕਤੀਸ਼ਾਲੀ ਕਿਉਂਕਿ ਅਸੀਂ ਜਿਹੜੀ ਪੱਕੀ ਸੀਟ ਮੰਗਦੇ ਆ ਅਸੀਂ ਕਿਹਨੇ ਜਾਂ ਤੇ ਵੀਟੋ ਖਤਮ ਕਰਦੇ ਹੋ ਹਮ ਹਮ ਤੇ ਜਾਂ ਇਹ ਜਿਹੜੇ ਏਸ਼ੀਆ ਅਫਰੀਕਾ ਦੇ ਦੇਸ਼ ਹੈ ਖਾਸ ਕਰਕੇ ਜਿਹਨੂੰ ਸਾਊਥ ਕਹਿੰਨੇ گلوبਲ ਸਾਊਥ ਹਮ ਹਮ ਦੇਖੋ ਅਸੀਂ ਜੀ 20 ਸਿਮੇਲਟਨ ਕੀਤਾ ਤੇ ਅਫਰੀਕਾ ਦੇ ਦੇਸ਼ਾਂ ਨੂੰ ਅਸੀਂ ਨਾਲ ਜੋੜਿਆ ਕਿ ਭਈ ਇਹ ਤੇ ਪਹਿਲੇ ਤੋਂ ਹੀ ਜਿਹੜੇ ਹੈ ਕਿਉਂਕਿ ਅਫਰੀਕਾ ਦੇ ਵਿੱਚ ਕਈ ਵਾਰ ਅਨਾਜ ਨਹੀਂ ਹੁੰਦਾ ਫੂਡ ਕਰਕੇ ਦੰਗੇ ਹੋ ਜਾਂਦੇ ਦੰਗੇ ਹੋ ਜਾਂਦੇ ਬਿਲਕੁਲ ਤੋ ਅਸੀਂ ਕਹੇ ਕਿ ਭਈ ਜਿਹੜੀ ਗਲੋਬਲ ਸਾਊਥ ਹੈ ਉਹਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਹਮ ਹਮ ਔਰ ਵੈਸੇ ਵੀ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਬਿਲਕੁਲ ਭਾਰਤ ਜਿਹੜਾ ਹੈ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਵਾਲਾ ਦੇਸ਼ ਵੀ ਹੈ ਹਮ ਭਾਰਤ ਜਿਹੜਾ ਹੈ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਤੱਕੀ ਕਰ ਰਹੀ ਅਥਵਸਥਾ ਹੈ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਨ ਚਾਈਨਾ ਦੇ ਵਿੱਚ ਬਹੁਤ ਡਾਊਨ ਹੈ ਜੀ ਬਿਲਕੁਲ ਔਰ ਭਾਰਤ ਜਿਹੜਾ ਹੈ ਅ ਵਿਸ਼ਵ ਦੇ ਵਿੱਚ ਇਹ ਜਿਹੜੇ ਅਫਰੀਕਨ ਦੇਸ਼ਾਂ ਤੁਸੀਂ ਦੇਖੋ ਜਿਹੜੀ শ্রীলঙ্কা ਚ ਕ੍ਰਾਈਸਿਸ ਆਈ ਸੀ ਭਾਰਤ ਇੱਕਦਮ ਜਿਹੜਾ ਹੈ ਮਦਦ ਕੀਤੀ ਬਿਲਕੁਲ ਜੀ ਔਰ ਖਾਸ ਕਰਕੇ ਜਿਹੜੀ ਚਰਚਾ ਜਦੋਂ ਹੁੰਦੀ ਹੈ ਕਿ ਭਈ ਪਿੱਛੇ ਸਾਡੇ ਕੋਲ ਕੋਵਿਡ ਦੀ ਸਮਸਿਆ ਆਈ ਉਹਦੇ ਯੂਨ ਤੇ ਕਿਤੇ ਨਜ਼ਰ ਨਹੀਂ ਆਈ ਹਾਂ ਤੇ ਭਾਰਤ ਦਾ ਜਿਹੜਾ ਰੋਲ ਹੈ ਦੁਨੀਆ ਉਸ ਚੀਜ਼ ਨੂੰ ਮੰਦੀ ਹੈ ਇਵਨ ਜਿਹੜੇ ਵਾਰ ਵੀ ਚੱਲ ਰਹੀ ਹੈ ਤੇ ਜ਼ੇਲੈਂਸਕੀ ਜਿਹੜੇ ਯੂਕਰੇਨ ਦੇ ਔਰ ਰਸ਼ੀਆ ਜਿਹੜੇ ਹੈ ਉਹ ਕਹਿੰਦੇ ਤੁਸੀਂ ਸਾਡੇ ਸੁਲਾਹ ਕਰਾਓ ਹੂੰ 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 ਇਹਦਾ ਮਤਲਬ ਕੀ ਹੈ ਕਿ ਭਾਰਤ ਦੀ ਜਿਹੜੀ ਜਦੋਂ ਤੁਹਾਡਾ ਕੱਦ ਥੋੜਾ ਜਿਹਾ ਵੱਧ ਰਿਹਾ ਹੈ ਤੁਹਾਡੀ ਹੈਲਥ ਵਸਤਾ ਸਟਰੋਂਗ ਹੋ ਰਹੀ ਹੈ ਹਮਮ ਔਰ ਮਿਲਟੈਰਲੀ ਵੀ ਪਰ ਜਿਹੜਾ ਸ਼ਕਤੀਸ਼ਾਲੀ ਹੈ ਟੈਕਨੋਲੋਜੀ ਸਾਡੇ ਕੋਲ ਹੈ ਆਈਟੀ ਸਾਡੇ ਕੋਲ ਹੈ ਹੈਂਦੀ ਯੂਪੀਆਈ ਸਾਰਾ ਕੁਝ ਜਿਹੜਾ ਹੈ ਹਮਮ ਤੇ ਅਸੀਂ ਦੁਨੀਆ ਨੂੰ ਇੱਕ ਸੇ ਦੇ ਸਕਦੇ ਹਾਂ ਦੇ ਸਕਦੇ ਹਾਂ ਬਿਲਕੁਲ ਜੀ ਤੇ ਡੈਮੋਕਰੇਸੀ ਦੀ ਤੁਸੀਂ ਗੱਲ ਕੀਤੀ ਬਾਰ-ਬਾਰ ਤੁਸੀਂ ਡੈਮੋਕਰੇਸੀ ਵਰਲਡ ਲੈਵਲ ਦੇ ਉੱਤੇ ਵੀ ਡੈਮੋਕਰੇਸੀ ਹੈ ਸਾਡਾ ਦੇਸ਼ ਮੋਦੀ ਹੈ ਡੈਮੋਕਰੇਸੀ ਦੇ ਵਿੱਚ ਹੈ ਨਾ ਜੀ ਤੇ ਡੈਮੋਕਰੇਸੀ ਨੂੰ ਤੁਸੀਂ ਇੰਡੀਆ ਤੋਂ ਲੈ ਕੇ ਵਰਲਡ ਲੈਵਲ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਦੇਖੋ ਇੱਕ ਲੋਕਤੰਤਰ ਦਾ ਮਤਲਬ ਹੈ ਕਿ ਬਈ ਉਹ ਸਰਕਾਰ ਜਿਹਦੇ ਵਿੱਚ ਲੋਕਾਂ ਦੀ ਚੱਲੇ ਜੀ ਬਿਲਕੁਲ ਕੋਈ ਮਤਲਬ ਜਿਹੜਾ ਹੈ ਲੋਕੀ ਆਪਣੇ ਪ੍ਰਤੀਨਿਧ ਚੁਣਨ ਤੇ ਜੇ ਜਦੋਂ ਉਹ ਚਾਣ ਕੇ ਸਾਡੇ ਹਤਾਂ ਦੀ ਰਾਖੀ ਨਹੀਂ ਕਰ ਰਿਹਾ ਉਹਨੂੰ ਬਦਲ ਸਕਣ ਬਿਲਕੁਲ ਤੇ ਇਹਦੇ ਵਾਸਤੇ ਇੱਕ ਡੈਮੋਕਰੈਟਿਕ ਸੁਸਾਇਟੀ ਚਾਹੀਦੀ ਪਹਿਲੇ ਹੂੰ ਕਿ ਘਰ ਵਿੱਚ ਹੀ ਜਿਹੜਾ ਕੋਈ ਬੱਚਾ ਕਹਿ ਰਿਹਾ ਹੈ ਤੇ ਇਹ ਨਹੀਂ ਵੀ ਉਹਨੂੰ ਚਪੇੜ ਮਾਰ ਕੇ ਉਹਨੂੰ ਆਪਾਂ ਕਹਿਣਾ ਵੀ ਨਹੀਂ ਵੀ ਨਹੀਂ ਨਹੀਂ ਉਹਦੀ ਗੱਲ ਸੁਣਨੀ ਹੈ ਵੀ ਉਹ ਕਹਿ ਕੀ ਰਿਹਾ ਉਹਦੇ ਵਿੱਚ ਸਮਝ ਕੀ ਹੈ ਹੂੰ 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 ਇਹਹੀ ਚੀਜ਼ ਜੇ ਆਪਾਂ ਮਤਲਬ ਇਹ ਓਪਨ ਸਿਸਟਮ ਹੈ ਜੀ ਬਿਲਕੁਲ ਇਹਦੇ ਵਿੱਚ ਕੋਈ ਜ਼ਬਰਦਸਤੀ ਵਾਲੀ ਗੱਲ ਨਹੀਂ ਹੈ ਮਤਲਬ ਇਹ ਜਿਹੜਾ ਮੈਂ ਜਿੱਦਾਂ ਤੁਹਾਨੂੰ ਬਿਲਕੁਲ ਹਰ ਕੋਈ ਹੱਕ ਲਈ ਅੱਗੇ ਆ ਸਕਦਾ ਆਪਣਾ ਜਿਹੜੀ ਹੈ ਆਵਾਜ਼ ਜਿਹੜੀ ਉਠਾ ਸਕਦਾ ਹੈ ਬਾਕੀ ਜਿਹੜਾ ਹੈ ਉਹ ਸਰਬਸੰਮਤੀ ਨਾਲ ਹੁੰਦਾ ਹ ਹ ਦੇਖੋ ਡੈਮੋਕ੍ਰੇਸੀ ਜਿਹੜੀ ਹੈ ਨਾ ਇੱਕ ਲੋਕ ਰਾਜ ਹੈ ਤੇ ਇੱਕ ਲੋਕ ਲਾਜ ਹੈ ਕਿ ਭਈ ਦੂਜਾ ਬੰਦਾ ਕੀ ਕਹੂਗਾ ਮੈਂ ਅਗਰ ਕੋਈ ਗਲਤ ਕੰਮ ਕਰਦਾ ਹ ਤਾਂ ਇਸ ਕਰਕੇ ਭਾਰਤ ਤੇ ਸ਼ੁਰੂ ਤੋਂ ਹੀ ਲੋਕਤੰਤਰ ਸਾਡੇ ਤੇ ਜਿਹੜਾ ਕਲਚਰ ਹਿਸਟਰੀ ਹੈਗਾ ਤੁਸੀਂ ਦੇਖੋ ਪੁਰਾਣਾ ਤੇ ਸ਼ੁਰੂ ਤੋਂ ਰਿਹਾ ਉਹਦੇ ਵਿੱਚ ਕੋਈ ਜਬਰਦਸਤੀ ਵਾਲੀ ਗੱਲ ਨਹੀਂ ਹੈ। ਹੂੰ ਹੂੰ। ਇਹੀ ਜਿਹੜੀ ਮਤਲਬ ਅਸੀਂ ਗੱਲ ਕਰ ਰਹੇ ਆ ਕਿ ਜਿਹੜੇ ਵਿਸ਼ਵ ਪੱਧਰ ਤੇ ਸੰਸਥਾਵਾਂ ਉਹਨਾਂ ਦਾ ਲੋਕਤੰਤਰੀਕਰਨ ਹੋਣਾ ਚਾਹੀਦਾ ਹੈ। ਹੂੰ ਹੂੰ। ਕਿਉਂਕਿ ਜੇ ਤੁਸੀਂ ਦੇਖ ਲਓ ਇਹੀ UN ਇਹ ਪੋਲੀਟੀਕਲ ਆਰਡਰ ਹੈ। ਬਿਲਕੁਲ। ਇਹਦੇ ਵਿੱਚ ਜਿਹੜਾ ਹੈ ਹਰ ਦੇਸ਼ ਦੀ ਸੇ ਜੋ ਕਹਿਣਾ ਚਾਹੁੰਦਾ ਉਹਦੀ ਗੱਲ ਸੁਣੀ ਚਾਹੀਦੀ ਹੈ। ਫਿਰ ਨਿਊ ਪੋਲੀਟਿਕ ਇਕਨੋਮਿਕ ਆਰਡਰ ਹੈ। ਹੁਣ World Bank ਦੇਖੋ। ਜੀ ਜੀ। IMF ਦੇਖੋ ਜਿਉਂ ਆਂਦੀਆਂ ਏਜੰਸੀਆਂ ਦੇਖੋ। ਉਹਨਾਂ ਸਾਰੇ ਜਿਹੜਾ ਹੈ ਉਹਨਾਂ ਵਿੱਚ ਵੈਸਟਰਨ ਦੇਸ਼ਾਂ ਦਾ ਬੋਲਬਾਲਾ ਹੈ ਬੋਲਬਾਲਾ ਜਿੰਨੇ ਵੀ ਨਿਰਣੇ ਅਸੀਂ ਕਰਦੇ ਆ ਆ ਇੱਕ ਦਿਨ ਪਹਿਲੇ ਤੁਸੀਂ ਦੇਖਿਆ ਬ੍ਰਿਕਸ ਮਿਲਨ ਹੋਇਆ ਜੀ ਹੋਇਆ ਉਹਦੇ ਤੇ ਵੀ ਮੋਦੀ ਸਾਹਿਬ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਈ ਦੇਖੋ ਗੱਲ ਇਹ ਹੈ ਕਿ ਯੂਨ ਜਿਹੜਾ ਹੈ ਉਹ ਰੀਸਟਰਕਚਰਿੰਗ ਉਹਦੇ ਵਿੱਚ ਸੁਧਾਰ ਹੋਣਾ ਚਾਹੀਦਾ ਔਰ ਖਾਸ ਕਰਕੇ ਜਿਹੜਾ ਡਬਲਿਊਟੀਓ ਹੈ ਹਮ ਟ੍ਰੇਡ ਆਰਗੇਨਾਈਜੇਸ਼ਨ ਬਿਲਕੁਲ ਕਿਉਂਕਿ ਜਿਹੜੇ ਨਿਯਮ ਨੇ ਉਹ ਅਮੀਰ ਦੇਸ਼ਾਂ ਨੇ ਵਪਾਰ ਕਰਨ ਦੇ ਉਹ ਆਪਣੇ ਹਿਸਾਬ ਨਾਲ ਬਣਾਏ ਨੇ ਤਾਂ ਇਸੇ ਕਰਕੇ ਜੇ ਇਹ ਜਿਹੜਾ ਬ੍ਰਿਕ ਹੈ ਕਿ ਇੱਕ ਆਲਟਰਨੇਟਿਵ ਸਿਸਟਮ ਹੈ ਕਿ ਜੇ ਤੁਸੀਂ ਵਰਲਡ ਬੈਂਕ ਤੁਹਾਨੂੰ ਲੋਨ ਨਹੀਂ ਦਿੰਦਾ ਤਾਂ ਫਿਰ ਇਹ ਜਿਹੜੇ ਸਾਊਥ ਦੇ ਦੇਸ਼ ਹੈ ਇਹ ਆਪਣੇ ਦੇਸ਼ਾਂ ਦੀ ਮਦਦ ਆਪ ਕਰਨ ਬਿਲਕੁਲ ਬਿਲਕੁਲ ਸੋ ਇਸ ਕਰਕੇ ਡੈਮੋਕ੍ਰੇਸੀ ਜਿਹੜੀ ਹੈ ਉਹ ਇੱਕ ਕਨਸੈਪਟ ਹੈ ਜਿਹੜਾ ਕਿ ਵਰਲਡ ਕਿ ਸਾਰੀਆਂ ਸੰਸਥਾਵਾਂ ਵਿੱਚ ਲੋਕਤੰਤਰੀ ਹੋਣਾ ਚਾਹੀਦਾ ਖਾਸ ਕਰਕੇ ਅੱਜ ਕੱਲ ਚਰਚਾ ਹੋ ਰਹੀ ਹੈ ਵੀ ਡੈਮੋਕਰਟਾਈਜੇਸ਼ਨ ਆਫ ਟੈਕਨੋਲੋਜੀ ਹਮ ਬਿਲਕੁਲ ਕਿ ਭਈ ਇਹ ਜਿਹੜਾ AI ਜਿਮ ਬਾਕੀ ਅਸੀਂ ਕਰ ਰਹੇ ਬੜੀ ਡੇਂਜਰਸ ਚੀਜ਼ ਹੈ ਸਾਈਬਰ ਕ੍ਰਾਈਮ ਬੜੀ ਡੇਂਜਰਸ ਚੀਜ਼ ਹੈ ਇਸ ਚੀਜ਼ ਦਾ ਮਨੁੱਖਤਾ ਦੀ ਭਲਾਈ ਵਾਸਤੇ ਬਲਤਣਾ ਇਹਨੂੰ ਚਾਹੀਦਾ ਇਹਦੇ ਨਾਲ ਕੋਈ ਨੁਕਸਾਨ ਨਾ ਹੋਵੇ ਦੇਖੋ ਜੀ ਤੁਸੀਂ ਟ੍ਰੇਡ ਦੀ ਗੱਲ ਕੀਤੀ ਜਿੱਥੇ ਟ੍ਰੇਡ ਹੋਏਗਾ ਨਾ ਉੱਥੇ ਟ੍ਰੇਡ ਦੇ ਨਾਲ ਵੱਖ-ਵੱਖ ਨੇਸ਼ਨਜ਼ ਦੀਆਂ ਆਪਣੀਆਂ ਸਾਂਝਾਂਵੀਆਂ ਹੋਣਗੀਆਂ ਉਹਨਾਂ ਦੀ ਰਿਲੇਸ਼ਨ ਵਧੀਆ ਹੋਣਗੇ ਜੀ ਤੇ ਟ੍ਰੇਡ ਦੇ ਨਾਲ ਨਾਲ ਤੁਸੀਂ ਡਬਲਿਊਟੀਓ ਦੀ ਗੱਲ ਕੀਤੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਤੇ ਜੇ ਯੂਨਾਈਟਿਡ ਨੇਸ਼ਨ ਡੇ ਦੇ ਮੈਂ ਸੰਦਰਭ ਤੋਂ ਪੁੱਛਦਾ ਜੀ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਸਾਰੀਆਂ ਨੇਸ਼ਨਜ਼ ਨੂੰ ਜੋੜਨ ਦੇ ਵਿੱਚ ਕਿਹੋ ਜਿਹਾ ਰੋਲ ਹੈ ਦੇਖੋ ਜਿੱਦਾਂ ਮੈਂ ਗੱਲ ਕਿਹਾ ਕਿ ਭਾਰਤ ਦਾ ਜਿਹੜਾ ਡਿਸਟ੍ਰਿਕਟ ਕੋਨ ਹੈ ਸਾਡਾ ਸੋਚਣੀ ਇਹ ਹੈ ਕੀ ਡਿਵੈਲਪਮੈਂਟ ਸ਼ੁੱਡ ਬੀ ਸੈਂਟਰਲ ਵਿਕਾਸ ਜਿਹੜਾ ਹੈ ਨਾ ਜਦੋਂ ਵਿਕਾਸ ਹੋਏਗਾ ਦੇਸ਼ ਸਹਿਯੋਗ ਕਰਨਗੇ ਇੱਕ ਦੂਜੇ ਦੀ ਮਦਦ ਕਰਨਗੇ ਲੋਕਾਂ ਦਾ ਲੋਕਾਂ ਦਾ ਲੋਕਾਂ ਨਾਲ ਆਣਾ ਜਾਣਾ ਵੱਧ ਜਾਏਗਾ ਇੱਕ ਦੂਜੇ ਤੇ નિર્ਬਲਤਾ ਹੋ ਜਾਏਗੀ ਆਪਸ ਵਿੱਚ ਪਿਆਰ ਹੋਏਗਾ ਤੇ ਆਪਣੇ ਆਪ ਹੀ ਅੰਤਰਰਾਸ਼ਟਰੀ ਸ਼ਾਂਤੀ ਸ਼ਾਂਤੀ ਔਰ ਸਥਿਰਤਾ ਆ ਜਾਏਗੀ ਬਿਲਕੁਲ ਬਿਲਕੁਲ ਠੀਕ ਹੈ ਨਾ ਲੇਕਿਨ ਪ੍ਰੋਬਲਮ ਇਹ ਹੈ ਕਿ ਜਿਹੜੇ ਦੇਸ਼ ਨੇ ਇਹ ਐਕਚੁਅਲੀ ਜਿਹੜਾ ਸਾਰੀਆਂ ਸੰਸਥਾਵਾਂ ਆਰਥਿਕ ਸੰਸਥਾਵਾਂ ਨੇ ਇੱਕ ਬ੍ਰਿਟਨਵੁੱਡ ਸਿਸਟਮ ਹੈ ਪੁਰਾਣਾ 1944 ਦੇ ਵਿੱਚ ਉਹਦੇ ਤਹਿਤ ਹੀ ਵਰਲਡ ਬੈਂਕ ਬਣਿਆ ਉਹਦੇ ਤਹਿਤ ਹੀ ਆਈਐਮਐਫ ਬਣਿਆ ਇਹ ਜਿਹੜੀਆਂ ਸੰਸਥਾਵਾਂ ਨੇ ਇਹਦੇ ਵਿੱਚ ਜ਼ਿਆਦਾ ਬੋਲਬਾਲਾ ਵੈਸਟਰਨ ਕੰਟਰੀ ਦਾ ਵੈਸਟਰਨ ਕੰਟਰੀ ਦਾ ਔਰ ਇਹਦੇ ਵਿੱਚ ਈਵਨ ਉਸ ਤੋਂ ਇਲਾਵਾ ਵੀ ਹੈ ਚਾਈਨਾ ਸਾਡਾ ਗੁਆਂਢੀ ਮੁਲਕ ਹੈ ਉਹ ਵੀ ਕਈ ਵਾਰੀ ਜਿਹੜਾ ਨਾ ਅਨਫੇਅਰ ਟ੍ਰੇਡ ਪ੍ਰੈਕਟਿਸਸ ਹੈ ਹੂੰ 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 ਮਤਲਬ ਜਿਹੜੇ ਰੂਲ ਦੇ ਅਗੇਂਸਟ ਜਿਹੜਾ ਹੈ ਇਹ ਸਸਤੀ ਚੀਜ਼ ਜਿਹੜੀ ਹੈ ਇੰਡੀਅਨ ਮਾਰਕੀਟ ਵਿੱਚ ਡੰਪ ਕਰ ਦੇਣੀ ਤਾਂ ਕਿ ਇੰਡੀਆ ਦੇ ਜਿਹੜੇ ਆਪ ਬਣਾਉਣ ਵਾਲੇ ਲੋਕ ਹੈ ਵੀ ਉਹਨਾਂ ਦੀ ਚੀਜ਼ ਜਦ ਬਾਹਰੋਂ ਸਸਤੀ ਚੀਜ਼ ਆ ਗਈ ਤੇ ਲੋਕੀ ਕਹਿੰਦੇ ਬਣਾਉਣ ਦੀ ਲੋੜ ਹੀ ਨਹੀਂ ਹੈ ਟਰੇਡਿੰਗ ਕਰ ਲੋ ਪੈਸੇ ਕਮਾ ਲੋ ਐਵੇਂ ਲੇਬਰ ਲਾਵਾਂਗੇ ਖਰਚਾ ਕਰਾਂਗੇ ਟਾਈਮ ਲੱਗੂਗਾ ਬਿਲਕੁਲ ਤੇ ਉਹਦੇ ਨਾਲ ਫਿਰ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਜਿਹੜੀ ਗ੍ਰੋਥ ਹੋਇਆ ਉਹ ਜੌਬਲੈਸ ਹੋ ਜਾਂਦੀ ਡੈਡੀमेड ਚੀਜ਼ ਬਣ ਗਈ ਬਿਲਕੁਲ ਇਹ ਗੱਲ ਉਹੀ ਹੈ ਸਵਦੇਸ਼ੀ ਵਾਲੀ ਜਿਹੜੀ ਆਜ਼ਾਦੀ ਵੇਲੇ ਸੀ ਬਈ ਅਸੀਂ ਆਪਣਾ ਚੀਜ਼ ਬਣਾਉਣੀ ਹੈ ਤੇ ਆਪਣਾ ਖੱਦਰ ਪਾਉਣਾ ਹੈ ਤੇ ਅਸੀਂ ਅੰਗਰੇਜ਼ਾਂ ਦੀ ਚੀਜ਼ ਕਿਉਂਕਿ ਜਦੋਂ ਅਸੀਂ ਉਹਨਾਂ ਦੀ ਸ਼ਰਟ ਪਾ ਲਈ ਤੇ ਉਹਨਾਂ ਦੇ ਫਿਰ ਵਪਾਰ ਨੂੰ ਤੇ ਫਿਰ ਹਲਾਰਾ ਮਿਲ ਗਿਆ ਤੇ ਸਾਡੇ ਆਪਣੇ ਬੰਦੇ ਤੇ ਫਿਰ ਵੇਲੇ ਬੈਠੇ ਵੇਲੇ ਬਿਲਕੁਲ ਸੋ ਇਸ ਕਰਕੇ ਵਪਾਰ ਜਿਹੜਾ ਹੈ ਇਹ ਬਹੁਤ ਵੱਡੀ ਚੀਜ਼ ਹੈ ਮਤਲਬ ਕਿ ਅਗਰ ਆਪਾਂ ਗਰੀਬੀ ਦੂਰ ਕਰਦੇ ਆਪਸੀ ਸਜੋਵ ਵਜੇ ਹਾਂ ਬਿਲਕੁਲ ਤਾਂ ਆਪਣੇ ਆਪ ਹੀ ਸ਼ਾਂਤੀ ਸਥਾਪਿਤ ਹੋ ਜਾਏਗੀ ਉਹ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਯੂਨਾਈਟਿਡ ਨੇਸ਼ਨ ਡੇ ਜਾਂ ਜਿਸ ਨੂੰ ਅਸੀਂ ਯੂਨਾਈਟਿਡ ਨੇਸ਼ਨ ਚਾਰਟਰ ਡੇ ਵੀ ਕਹਿੰਦੇ ਆ ਤਾਂ ਮੇਰੇ ਨਾਲ ਪ੍ਰੋਫੈਸਰ ਰਾਜਨ ਸ਼ਰਮਾ ਜੀ ਸਟੂਡੀਓ ਵਿੱਚ ਨੇ ਇਹ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਹਾਂ ਭਰਤੀ ਪਰ ਦੇ ਰੂਲ ਦੀ ਖਾਸ ਕਰਕੇ ਯੂਨਾਈਟਿਡ ਨੇਸ਼ਨ ਦੇ ਸੰਦਰਭ ਦੇ ਉੱਤੋਂ ਹਨਾ ਜੀ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਸੰਸਥਾ ਬਹੁਤ ਪੁਰਾਣੀ ਹੋ ਜਾਂਦੀ ਹੈ ਤੇ ਉਸ ਸੰਸਥਾ ਦੇ ਵਿੱਚ ਸਮੇਂ-ਸਮੇਂ ਤੇ ਬਦਲਾਵਾਂ ਦੀ ਵੀ ਲੋੜ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਲਗਾਤਾਰ ਗੱਲ ਕਰ ਰਹੇ ਹੋ ਕਿ ਇਸ ਆਰਗੇਨਾਈਜੇਸ਼ਨ ਦੇ ਵਿੱਚ ਵੈਸਟਰਨ ਕੰਟਰੀਜ਼ ਦਾ ਦਬਦਬਾ ਬਹੁਤ ਬਣਿਆ ਹੋਇਆ ਹੈ ਤੇ ਕਦੀ ਆਵਾਜ਼ ਬੁਲੰਦ ਹੋਈ ਆ ਵੀ ਐਸੀਪ ਇਹਨਾਂ ਕੋਈ ਸੁਧਾਰ ਕੀਤੇ ਜਾਣ ਜਾਂ ਜਿਹੜੀਆਂ ਹੋਰ ਕਈ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਹੋਰ ਸੁਧਾਰ ਕਰ ਸਕਦੇ ਹਾਂ ਜਾਂ ਨਵੇਂ ਰੂਪ ਵਿੱਚ ਪੇਸ਼ ਕਰ ਸਕਦੇ ਹਾਂ ਐਸੀਆਂ ਗੱਲਾਂ ਵੀ ਸਾਹਮਣੇ ਆਈਆਂ ਕੋਈ ਇਹ ਅੱਜਕੱਲ ਬਹੁਤ ਮਹੱਤਵਪੂਰਨ ਟੌਪਿਕ ਚੱਲ ਰਿਹਾ ਹੂੰ ਹੂੰ ਕਿ ਕਿ ਯੂਨ ਦੇ ਵਿੱਚ ਸੁਧਾਰ ਦੀ ਜ਼ਰੂਰਤ ਹੈ ਖਾਸ ਕਰਕੇ ਵੈਸੇ ਤਾਂ ਕੋਈ ਵੀ ਸੰਸਥਾ ਹੋਵੇ ਜਿਹੜੀ ਪੁਰਾਣੀ ਹੈ ਤੇ ਨਵਾਂ ਜਿਹੜਾ ਬਦਲ ਜਦੋਂ ਆਉਂਦਾ ਹੈ ਬਿਲਕੁਲ ਸਮਾਜ ਬਦਲਦਾ ਹੈ ਲੋਕਾਂ ਦੀ ਸੋਚ ਬਦਲਦੀ ਹੈ ਸਭ ਕੁਝ ਜਿਹੜਾ ਹੈ ਲਾਫ ਨੇਚਰ ਹੈ ਚੇਂਜ ਇਟ ਲਾਫ ਨੇਚਰ ਖਾਸ ਕਰਕੇ 19 90 ਦੇ ਵਿੱਚ 1990 ਦੇ ਦਹਾਕੇ ਔਰ 1992 ਦੇ ਵਿੱਚ ਯੂਨ ਜਨਰਲ ਅਸੈਂਬਲੀ ਨੇ ਮਤਾ ਪਾਸ ਕੀਤਾ ਕਿ ਵੀ ਇਹਨਾਂ ਵਿੱਚ ਕੁਝ ਯੂਨ ਵਿੱਚ ਸੁਧਾਰ ਦੀ ਜ਼ਰੂਰਤ ਹੈ ਵੈਸੇ ਵੀ ਤੁਸੀਂ ਦੇਖੋ ਕਿ ਸੋਵੀਅਤ ਯੂਨੀਅਨ ਜਦੋਂ ਟੁੱਟ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਦੇਸ਼ ਜਿਹੜੇ ਸੀ ਉਹ ਇੱਕ ਦੇ 15 ਬਣ ਗਏ ਔਰ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਸੀ ਸੋਵੀਅਤ ਯੂਨੀਅਨ ਦੇ ਈਸਟ ਯੂਰਪੀਅਨ ਕੰਟਰੀ ਜਿਹੜੇ ਸੀ ਕਮਿਊਨਿਸਟ ਕੰਟਰੀ ਜਿਹੜੀ ਪੋਲੈਂਡ ਚੈਕਰ ਸਲੋਵਾਕੀਆ ਰਮਾਨੀਆ ਉਹ ਵੀ ਸੁਤੰਤਰ ਦੇਸ਼ ਹੋ ਗਏ ਮਤਲਬ ਇੱਕ ਤਰ੍ਹਾਂ ਨਾਲ ਦੇਸ਼ਾਂ ਦਾ ਇੱਕ ਡੀਕਲੋਨਾਈਜ਼ ਡੀਕਲੋਨਾਈਜ਼ੇਸ਼ਨ ਹੋ ਗਈ ਕਿ ਇੱਕ ਆਜ਼ਾਦ ਹੋ ਗਏ ਸੋ ਮੰਗ ਜਿਹੜੀ ਬੜੀ ਸੁਭਾਵਕ ਹੈ ਕਿ ਬਈ ਯੂਨ ਵਿੱਚ ਸੁਧਾਰ ਕਰੋ ਜਿਹੜੇ ਨਵੇਂ ਦੇਸ਼ ਨੇ ਉਹਨਾਂ ਨੂੰ ਵੀ ਮੈਂਬਰਸ਼ਿਪ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਪਰ ਪ੍ਰੋਬਲਮ ਇਹ ਹੈ ਕਿ ਜਿਨ੍ਹਾਂ ਨੇ ਸੁਧਾਰ ਕਰਨਾ ਹੈ ਉਹ ਸੁਧਾਰ ਕਰਨ ਨੂੰ ਤਿਆਰ ਨਹੀਂ ਹੈ ਤਾਂ ਇੱਥੇ ਇੱਕ ਦੋ ਦਿਨ ਪਹਿਲੇ ਸਾਡੇ ਜਿਹੜੇ ਫੋਰਮ ਮਿਨਿਸਟਰ ਹੈ ਜੈ ਸ਼ੰਕਰ ਜੀ ਡਾਕਟਰ ਜੈ ਸ਼ੰਕਰ ਉਹਨਾਂ ਨੇ ਇੱਕ ਤਨ ਕੱਛਿਆ ਸੀ ਇਸ ਚੀਜ਼ ਤੇ केपीजेडी युवा ਨੇ ਉਹ ਇੱਕ ਇੱਕ ਪੁਰਾਣੀ ਕੰਪਨੀ ਵਾਂਗੂ ਹੈ ਤੇ ਜਿਹਦਾ ਤਾਲਮੇਲ ਮਾਰਕੀਟ ਨਾਲ ਹੈਗਾ ਨਹੀਂ ਹੈ ਤੇ ਐਵੇਂ ਖਾਲੀ ਜਗ੍ਹਾ ਇਹਨੇ ਘੇਰੀ ਹੋਈ ਹੈ। ਅੱਛਾ। ਮਤਲਬ ਕਿਉਂਕਿ ਇਹ ਉਹ ਉਹਨਾਂ ਨੇ ਜਾਇਜ਼ ਜਿਹੜਾ ਰੀਜ਼ਨ ਵੀ ਦਿੱਤਾ। ਹੂੰ। ਵੀ ਦੇਖੋ ਇਸ ਵੇਲੇ ਦੋ ਵਿਸ਼ਵ ਜਿਹੜਾ ਹੈ ਦੋ ਲੜਾਈਆਂ ਬਹੁਤ ਭਿਆਨਕ ਲੜਾਈਆਂ ਦੇਖ ਰਿਆ। ਵੈਸਟ ਏਸ਼ੀਆ ਦੇ ਵਿੱਚ ਲੜਾਈ ਚੱਲ ਰਹੀ ਹੈ। ਹਾਂਜੀ। ਹਮਾਸ ਔਰ ਜਿਹੜਾ ਹੈ ਔਰ ਇਜ਼ਰਾਈਲ ਦੇ ਔਰ ਤੁਸੀਂ ਦੇਖੋ ਯੂਕਰੇਨ ਔਰ ਅਮਰੀਕਾ ਜਿਹੜਾ ਹੈ ਮਤਲਬ ਸਪੋਰਟ ਤੋਂ ਅਮਰੀਕਾ ਦੀ ਅਪ੍ਰੋਕਸੀ ਵਾਰ ਹੀ ਹੈ ਇੱਕ ਤਰ੍ਹਾਂ ਨਾਲ ਯੂਕਰੇਨ ਤੇ ਮਤਲਬ ਜਦ ਕਿ ਕਿਸੇ ਟਾਈਮ ਤੇ ਰਸ਼ੀਆ ਔਰ ਯੂਕਰੇਨ ਇਕੱਠੇ ਸੀ ਭਰਾ ਭਰਾ ਸੀ ਬਿਲਕੁਲ ਸੋ ਇਸ ਲੜਾਈ ਨੂੰ ਖਤਮ ਕਰਨ ਵਿੱਚ ਯੂਨ ਫੇਲ ਹੋਈ ਹੈ ਮਤਲਬ ਇੱਕ ਖਾਲੀ ਦਰਸ਼ਕ ਮੂਕ ਦਰਸ਼ਕ ਤੇ ਨਹੀਂ ਮੈਂ ਕਹੂੰਗਾ ਪਰ ਦਰਸ਼ਕ ਹੀ ਹੈ ਕਿ ਇਹਨੂੰ ਰਿਜ਼ੋਲਵ ਕਰਨ ਵਿੱਚ ਕੋਈ ਜਿਹੜਾ ਹੈ ਨਾਕਾਮ ਹੋਇਆ ਦੂਸਰਾ ਮੈਂ ਜਿੱਦਾਂ ਪਹਿਲੇ ਵੀ ਗੱਲ ਕੀਤੀ ਹੈ ਵੀ ਜਦੋਂ ਕੋਈ ਰਾਹ ਨਹੀਂ ਨਾ ਹੁੰਦਾ ਕੋਈ ਨਾ ਕੋਈ ਰਸਤਾ ਫਿਰ ਬਣ ਜਾਂਦਾ ਫਿਰ ਕੋਈ ਆਲਟਰਨੇਟਿਵ ਮੈਂ ਤੁਹਾਨੂੰ ਦੱਸਿਆ ਕੋਵਿਡ ਦੀ ਤਰਸਤੀ ਆਈ ਬਿਲਕੁਲ ਯੂਨ ਲੱਭੀ ਕਿਤੇ ਹਮ ਖਾਸ ਕਰਕੇ ਜਿਹੜੇ ਉਮੀਦ ਦੇਸ਼ ਸੀ ਉਹਨਾਂ ਨੂੰ ਤੇ ਆਪਾਂ ਤਾਂ ਆਪ ਹੀ ਪੈ ਗਈ ਵੀ ਅਸੀਂ ਵੈਕਸੀਨ ਆਪਣਾ ਪਹਿਲੇ ਕਰ ਲਈਏ ਦੋ ਵਾਰੀ ਤਿੰਨ ਵਾਰੀ ਲਾ ਲਈਏ ਜੀ 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 ਤੋਂ ਇੰਡੀਆ ਨੇ ਉੱਥੇ ਜਿਹੜੀ ਵੈਕਸੀਨ ਮੈਤਰੀ ਸ਼ੋਅ ਕੀਤੀ ਅਫਰੀਕਾ ਦੇ ਦੇਸ਼ਾਂ ਵਿੱਚ ਸਾਡੀ ਗੁੱਡਵਿਲ ਬਣੀ ਹਮ ਹਮ ਇੱਕ ਇਹ ਹੈ ਇੰਜੈਕਸ਼ਨ ਇਨ ਇ ਥੋੜੇ ਟਾਈਮਸ ਤੇ ਵੈਕਸੀਨ ਬਣਾਉਣਾ ਔਰ ਉਹਦਾ ਡਿਸਟ੍ਰਿਬਿਊਸ਼ਨ 30 ਤੇ ਆਪਣੀ ਪਾਪੂਲੇਸ਼ਨ ਇੰਨੀ ਜ਼ਿਆਦਾ ਸੀ ਲੇਕਿਨ ਅਸੀਂ ਫਿਰ ਵੀ ਦੁਨੀਆ ਨੂੰ ਮਦਦ ਕਰਨ ਵਾਸਤੇ ਗਰੀਬ ਦੇਸ਼ਾਂ ਨੂੰ ਡਿਵੈਲਪਿੰਗ ਕੰਟਰੀ ਨੂੰ ਕਿ ਤੁਸੀਂ ਆਓ ਭਈ ਅਸੀਂ ਤੁਹਾਡੀ ਮਦਦ ਕਰਨ ਵਾਸਤੇ ਤਿਆਰ ਹਾਂ ਔਰ ਬਹੁਤ ਸਾਰੇ ਜਿਹੜੇ ਸੰਗਠਨ ਹੈ ਯੂਨ ਤੋਂ ਬਾਹਰ ਜਿਦਾ ਹੁਣ ਇੰਟਰਨੈਸ਼ਨਲ ਸੋਲਰ ਐਲਾਈਅንስ ਹੈ ਇੰਡੀਆ ਉੱਚ ਪਹਿਲ ਕਰ ਰਿਹਾ ਹੈ ਕਿ ਚੁਣੌਤੀ ਬੜੀ ਵੱਡੀ ਹੈ ਗਲੋਬਲ ਵਾਰਮਿੰਗ ਦੀ ਬਿਲਕੁਲ ਇਹ ਕੋਈ ਇਹ ਮਸਲਾ ਨਹੀਂ ਵੀ ਇੱਕ ਦੇਸ਼ ਦਾ ਮਸਲਾ ਹੈ ਜਾਂ ਕੋਈ ਕੁਆਡ ਵਰਗਾ ਸੰਗਠਨ ਹੈ ਕਿਉਂਕਿ ਇੰਡੀਆ ਜਿਹੜਾ ਹੈ ਉਹ ਐਸ ਵੀ ਦੇ ਜਿਹੜਾ ਦੁਨੀਆ ਨਾ ਉਹ ਪੋਲਰਾਈਜ਼ ਹੋਈ ਹੈ ਬਈ ਇੱਕ ਕੈਂਪ ਦੂਜਾ ਕੈਂਪ ਉਹ ਉਹ ਚੀਜ਼ ਅਸੀਂ ਨਹੀਂ ਸਾਡੀ ਸਾਰਿਆਂ ਨਾਲ ਦੋਸਤੀ ਹੈ ਸਾਡੀ ਅਮਰੀਕਾ ਨਾਲ ਵੀ ਦੋਸਤੀ ਹੈ ਮਤਲਬ ਇੱਕ ਟਾਈਮ ਸੀ ਅਸੀਂ ਨੌਨ ਅਲਾਈਨਡ ਕਹਿੰਦੇ ਸੀ ਕੋਲਡ ਵਾਰ ਆ ਹੁਣ ਮਲਟੀ ਅਲਾਈਨਮੈਂਟ ਹੈ ਇਹ ਸਾਡੀ ਸਾਰਿਆਂ ਨੇ ਬਣਦੀ ਹੈ ਤੇ ਸਾਰੇ ਹੀ ਸਾਡੇ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਆ ਤੇ ਸਾਰੇ ਕਹਿੰਦੇ ਆ ਵੀ ਤੁਸੀਂ ਬਈ ਤੁਹਾਡਾ ਦੋਨੋਂ ਪਾਸੇ ਜਿਹੜਾ ਰੋਲ ਹੈਗਾ ਦੋਨੋਂ ਪਾਸੇ ਤੁਹਾਡੀ ਗੱਲ ਸੁਣਦੇ ਆ ਤੁਸੀਂ ਸ਼ਾਂਤੀਪੁਰ ਕਰਕੇ ਇਹ ਰੋਲ ਯੂਨ ਦਾ ਜੋ ਹੈ ਨਾ ਬਿਲਕੁਲ ਸੋ ਇਸ ਸੈਂਸ ਵਿੱਚ ਜਿਹੜੀ UN ਹੈ ਸਾਡੇ ਫੋਰਮਰ ਮਿਨਿਸਟਰ ਸਾਹਿਬ ਨੇ ਵੀ ਕਿਹਾ ਹੈ ਕਿ ਜੇ ਤੁਸੀਂ ਮਤਲਬ ਤੁਹਾਡੀ ਸਾਖ ਗਿਰ ਜਾਏਗੀ ਅਗਰ ਤੁਸੀਂ ਪ੍ਰੋਪਰ ਲੋਕਾਂ ਜਿਹੜੇ ਦੇਸ਼ਾਂ ਦੀ ਮੁੱਦਿਆਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਤੇ ਤੁਹਾਡੀ ਜਿਹੜੀ ਉਪਯੋਗਤਾ ਹੈ ਤੁਹਾਡੀ ਰੈਲੇਵੈਂਸ ਹੈ ਕੁਦਰਤੀ ਗੱਲ ਹੈ ਜਦੋਂ ਆਰਗੇਨਾਈਜੇਸ਼ਨ ਦੇ ਮੈਂਬਰਾਂ ਦੇ ਵਿੱਚ ਰੋਸ ਜਾਗਦਾ ਹੈ ਤਾਂ ਉਹਨਾਂ ਨੇ ਤਾਂ ਉੱਪਰਲੇ ਲੀਡਰ ਦੇਸ਼ ਕਹੋ ਜਾਂ ਉਹਨਾਂ ਤੋਂ ਮੰਨ ਤੇ ਖੱਟਾ ਹੋਣਾ ਹੀ ਹੈ ਜੀ ਜੀ ਤੇ ਭਾਰਤ ਜਿਸ ਨੂੰ ਕਿ ਆਜ਼ਾਦ ਹੋਇਆ ਨੂੰ 1947 ਤੋਂ ਲੈ ਕੇ 2024 ਤੇ ਵਿੱਚ 2024 ਆ ਗਈ ਹੈ 1947 ਦੇ ਵਿੱਚ ਆਜ਼ਾਦ ਹੋਇਆ ਸੀ ਹੁਣ ਇੰਡੀਆ ਲਗਾਤਾਰ ਗ੍ਰੋ ਕਰਦਾ ਪਿਆ ਹੈ ਮੰਗਲ ਗ੍ਰਹਿ ਤੇ ਵੀ ਗਿਆ ਹੈ ਜਿਸ ਤਰ੍ਹਾਂ ਵੀ ਲਗਾਤਾਰ ਹੋਰ ਕਈ ਤਰ੍ਹਾਂ ਦੇ ਪ੍ਰੋਜੈਕਟ ਸਾਡੇ ਸਾਹਮਣੇ ਲਗਾਤਾਰ ਆਉਂਦੇ ਪਏ ਨੇ ਜੀ ਤੇ ਤੁਸੀਂ ਇੰਡੀਆ ਨੂੰ ਇੱਕ ਡਿਵੈਲਪਿੰਗ ਕੰਟਰੀ ਜਾਂ ਡਿਵੈਲਪਡ ਕੰਟਰੀ ਕਿਸ ਤਰ੍ਹਾਂ ਦੇਖਦੇ ਹੋ 1947 ਤੋਂ ਲੈ ਕੇ 2024 ਦੇ ਸਫ਼ਰ ਤੱਕ ਸਾਰੇ ਸਫਰ ਨੂੰ ਦੇਖੋ ਗੱਲ ਇਹ ਹੈ ਕਿ ਅਸੀਂ ਪਹਿਲੇ ਇੱਕ ਜਿਹੜੇ ਬਸਤੀਵਾਦ ਦਾ ਸ਼ਕਾਰ ਰਹੇ ਹਾਂ ਇਸ ਕਰਕੇ ਸਟਰਗਲ ਜਿਹੜੀ ਸੀ ਫਿਰ ਜਦੋਂ ਅਸੀਂ ਆਜ਼ਾਦ ਹੋਏ ਉਹ ਦੇਸ਼ ਦੋ ਟੁਕੜੇ ਹੋ ਗਿਆ ਬਹੁਤ ਵੱਡੀ ਸੱਟ ਵੱਜ ਗਈ ਜੇ ਇਕੱਠਾ ਹੁੰਦਾ ਤੇ ਫਿਰ ਗੱਲ ਹੋਰ ਹੋਣੀ ਸੀ ਤੋਂ ਅਸੀਂ ਇੱਕ ਲੰਮਾ ਸਫਰ ਤੈਅ ਕੀਤਾ ਜਿਹਦੇ ਵਿੱਚ ਅਸੀਂ ਕਾਫੀ ਜ਼ਿਆਦਾ ਜਿਹੜੀ ਹੈ ਆਤਮ ਨਿਰਭਰਤਾ ਤੇ ਸ਼ੁਰੂ ਤੋਂ ਯੋਰ ਦਿੱਤੀ ਦੇਖੋ ਅਨਾਜਨੀ ਸੀ ਹੈਗਾ ਔਰ ਫਿਰ ਇਹ ਜਿਹੜਾ ਗ੍ਰੀਨ ਰੈਵਲੂਸ਼ਨ ਆਇਆ ਔਰ ਉਤ ਤੋਂ ਬਾਅਦ ਜਿਹੜਾ ਸੀ ਮਤਲਬ ਇਹ ਜਿਹੜਾ ਜਾਇਜਵਾਨ ਜਾਂ ਕਿਸਾਨ ਮਤਲਬ ਇੱਕ ਲੰਮਾ ਸਫਰ ਇੰਡੀਆ ਦੀ ਹਮੇਸ਼ਾ ਕੋਸ਼ਿਸ਼ ਹੈ ਕਿ ਅਸੀਂ ਕੋਈ ਵੀ ਜਿਹੜੀ ਟੈਕਨੋਲੋਜੀ ਹੈ ਦੇਖੋ ਹਰ ਦੇਸ਼ ਨੂੰ ਦੂਜੇ ਤੇ ਨਿਰਭਰ ਕਰਨਾ ਪੈਂਦਾ ਠੀਕ ਹੈ ਨਾ ਸਾਡੇ ਕੋਲ ਤੇਲ ਨਹੀਂ ਹੈ ਤੇਲ ਅਸੀਂ ਉਹਨਾਂ ਦੇਸ਼ਾਂ ਤੋਂ ਲੈਨੇ ਜਿਨ੍ਹਾਂ ਕੋਲ ਤੇਲ ਹੈ ਸਾਡੇ ਕੋਲ ਅਨਾਜ ਹੈ ਸੀ ਅਨਾਜ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਜਦੋਂ ਕੋਈ ਵੀ ਜਿਹੜਾ ਹੈ ਦੇਸ਼ ਹੌਲੀ-ਹੌਲੀ ਆਪਣੇ ਪੈਰਾਂ ਤੇ ਖੜਾ ਹੁੰਦੀ ਕੋਸ਼ਿਸ਼ ਕਰਦਾ ਹੈ ਅਸੀਂ ਕੀਤੀ ਹੈ ਉਹਦੇ ਵਿੱਚ ਔਰ ਇਸ ਵੇਲੇ ਤੁਸੀਂ ਦੇਖੋ ਵੀ ਆਈਟੀ ਦੇ ਵਿੱਚ ਬਿਲਕੁਲ ਅਸੀਂ ਇੱਕ ਸੁਪਰ ਪਾਵਰ ਆ ਜਿੰਨੇ ਵੀ ਅਮਰੀਕਾ ਦੇ ਵਿੱਚ ਸਿਲਿਕਨ ਵੈਲੀ ਹੈ ਜਿੰਨੇ ਸੌਫਟਵੇਅਰ ਹੈ ਮਤਲਬ ਚਾਈਨਾ ਜਿਹੜਾ ਹੈ ਉਹ ਹਾਰਡਵੇਅਰ ਹੈ ਅਸੀਂ ਸੌਫਟਵੇਅਰ ਸੌਫਟਵੇਅਰ ਪਾਵਰ ਹੈ ਏਆਈ ਵਿੱਚ ਅਸੀਂ ਬੜੇ ਅੱਗੇ ਜਾ ਰਹੇ ਹਾਂ ਇੰਡੀਆ ਵਿੱਚ ਸਟਾਰਟਅਪ ਜਿਹੜੇ ਆ ਉਹ ਬਹੁਤ ਆ ਰਹੇ ਨੇ ਮਤਲਬ ਇੰਡੀਆ ਨੂੰ ਇੱਕ ਉਪਰਤੀ ਤਾਕਤ ਦੇ ਤੌਰ ਤੇ ਕਿਉਂਕਿ ਪੂਰਾ ਦੁਨੀਆ ਜਿਹੜੀ ਹੈ ਇਵਨ ਇਨਕਲੂਡਿੰਗ ਚਾਈਨਾ ਹਮ ਹਮ ਸਾਰੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਜਿਹੜੀਆਂ ਹਨ ਉਹਨਾਂ ਦੀ ਗਰੋਥ ਇੰਨੀ ਨਹੀਂ ਹੋ ਰਹੀ ਹਮ 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 ਤੋਂ ਸਾਡਾ ਟੀਚਾ ਹੈ ਕਿ ਭਾਰਤ 2047 ਤੱਕ ਇੱਕ ਡਿਵੈਲਪਡ ਕੰਟਰੀ ਬਣ ਜਾਏ ਜੀ ਜੀ ਔਰ ਸਾਡੀ ਡਿਵੈਲਪਮੈਂਟ ਦਾ ਜਿਹੜਾ ਲਾਭ ਹੈ ਪੂਰੀ ਦੁਨੀਆ ਨੂੰ ਵਿਦਾਂ UPI ਹੈ ਵੀ ਅਸੀਂ ਇਹੋ ਜੀ ਟੈਕਨੋਲੋਜੀ ਡਿਜੀਟਲ ਟੈਕਨੋਲੋਜੀ ਬਣਾਈ ਹੈ ਜਿਹੜੇ ਅਸੀਂ ਟ੍ਰਾਂਸਫਰ ਆਟੋਮੈਟਿਕਲੀ ਹੋ ਜਾਣਾ ਕਰਪਸ਼ਨ ਕਦੋਂ ਹੋ ਜਾਏਗੀ ਹਮ ਹਮ ਅਸੀਂ ਤੇ ਦੁਨੀਆ ਨੇ ਕੋਈ ਨਹੀਂ ਆ ਵੀ ਜੋ ਅਸੀਂ ਗੇਨ ਕੀਤਾ ਹੈ ਤੁਸੀਂ ਉਹ ਸਾਡੇ ਕੋ ਸਿੱਖੋ ਜੋ ਤੁਹਾਡੇ ਕੋ ਅੱਛਾ ਹੈ ਉਹ ਅਸੀਂ ਤੁਹਾਡੇ ਕੋ ਸਿੱਖਣਾ ਚਾਹੁੰਦੇ ਹਾਂ ਹਮ ਹਮ ਸੋ ਇਹ ਜਿਹੜੀ ਇੰਟਰਡਿਪੈਂਡੈਂਸ ਹੈ ਵੀ ਇੱਕ ਕੋਈ ਦੇਸ਼ ਜਿਹੜਾ ਹੈ ਅੱਜ ਕੱਲ ਦੁਨੀਆ ਜਿਹੜੀ ਹੈ ਉਹ ਜੁੜੀ ਹੋਈ ਹੈ ਇੱਕ ਤੁਸੀਂ ਨਿਊਜ਼ ਇੱਕ ਮਿੰਟ ਵਿੱਚ ਹੈ ਕੋਈ ਖਬਰ ਕਿਤੇ ਵੀ ਹੁੰਦੀ ਹੈ ਤੇ ਹਰ ਆਦਮੀ ਨੂੰ ਪਤਾ ਉਹ ਇਨਵੋਲ ਫੀਲ ਕਰਦਾ ਹਮ ਹਮ ਕਿ ਬਈ ਲੜਾਈ ਚੱਲ ਰਹੀ ਹੁੰਦੀ ਤਾਂ ਲੜਾਈ ਚੱਲ ਰਹੀ ਹੈ ਜੀ 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 ਤਾਂ ਇਹਦਾ ਸਭ ਤੋਂ ਮਾੜਾ ਅਸਰ ਜਿਹੜਾ ਹੈ ਉਹ ਗਰੀਬ ਦੇਸ਼ ਤੇ ਹੁੰਦਾ ਬਿਲਕੁਲ ਜੀ ਕਿਉਂਕਿ ਫੂਡ ਸਿਕਿਉਰਿਟੀ એનર્ਜੀ ਸਿਕਿਉਰਿਟੀ এনवायरमेंट ਦੀ ਪ੍ਰੋਬਲਮ ਬਿਲਕੁਲ ਠੀਕ ਹੈ ਨਾ ਉਹੀ ਇੱਕ ਡਾਲਰ ਹੈ ਮਤਲਬ ਜਦੋਂ ਤੁਸੀਂ ਫਾਈਨਾਂਸ ਨੂੰ ਐਜ਼ ਅ ਵੈਪਨ ਯੂਜ਼ ਕਰੋ ਹਮ ਕਿ ਬਈ ਡਾਲਰ ਸਾਰਾ ਦੁਨੀਆ ਦਾ ਵਿਪਾਦ ਜਿਹੜਾ ਡਾਲਰ ਚ ਹੋਣਾ ਜਦੋਂ ਡਾਲਰ ਚ ਹੋਏਗਾ ਡਾਲਰ ਤੁਹਾਨੂੰ ਜਮਾ ਕਰਨਾ ਪਏਗਾ। ਤੋ ਹੁਣ ਇਹ ਬ੍ਰਿਕ ਵਗੈਰਾ ਜਿਹੜੇ ਕੰਟਰੀ ਐ ਸੋਚ ਰਹੇ ਆ ਕਿ ਬਈ ਹੁਣ ਦੇਖੋ ਨਾ ਡਾਲਰ ਦੀ ਕੀਮਤ ਵਧ ਗਈ ਐ ਸੀ ਤੇਲ ਖਰੀਦਣਾ ਸੀ। ਜੀ ਜੀ। ਲੇਕਿਨ ਹੁਣ ਉਹ ਤੇਲ ਉਹੀ ਡਾਲਰ ਦੀ ਕੀਮਤ ਵਧਨ ਕਰਕੇ ਸਾਨੂੰ ਜ਼ਿਆਦਾ ਪੈਸੇ ਦੇਣੇ ਪੈਣੇ। ਹੂੰ 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 ਹੂੰ। ਤੋ ਇਹ ਕਈ ਵਾਰੀ ਵੈਸਟਰਨ ਕੰਟਰੀ ਜਿਹੜੇ ਐ ਉਹ ਕਹਿੰਦੇ ਆ ਵੀ ਤੁਸੀਂ ਬਈ ਰਸ਼ੀਆ ਕੋ ਤੇਲ ਕੋ ਖਰੀਦ ਰਹੇ ਹੋ। ਹੂੰ ਹੂੰ। ਅਸੀਂ ਕਹਿੰਨੇ ਵੀ ਦੇਖੋ ਅਸੀਂ ਆਪਣੇ ਰਾਸ਼ਟਰੀ ਹਿੱਤ ਬਾਰੇ ਦੇਖਣਾ ਹੈ ਆਪਣੀ ਪਾਪੂਲੇਸ਼ਨ ਬਾਰੇ ਦੇਖਣਾ ਹੈ ਔਰ ਅਗਰ ਜਿੱਥੋਂ ਸਾਨੂੰ ਸਸਤਾ ਮਿਲੇਗਾ ਯੂਰਪੀਅਨ ਦੇਸ਼ ਵੀ ਤੇ ਖਰੀਦ ਰਹੇ ਹਨ ਬਿਲਕੁਲ ਬਿਲਕੁਲ ਇਸ ਕਰਕੇ ਇਹ ਆਪਾਂ ਮਤਲਬ ਪੋਲਰਾਈਜ਼ ਵਾਲੀ ਸਥਿਤੀ ਵਿੱਚ ਨਹੀਂ ਆ ਅਸੀਂ ਤੇ ਮਨੁੱਖਤਾ ਦੀ ਗੱਲ ਕਰਦੇ ਹਾਂ ਸੱਚੀ ਗੱਲ ਕਰਦੇ ਹਾਂ ਔਰ ਇਸ ਵੇਲੇ ਜਿਹੜਾ ਸੰਸਾਰ ਹੈ ਇਹ ਬੜੀ ਅਨਫੋਰਚੂਨੇਟ ਸਿਚੁਏਸ਼ਨ ਹੈ ਕਿ ਹਾਈਲੀ ਪੋਲਰਾਈਜ਼ ਹੈ ਹਾਂ ਜੀ ਔਰ ਉਹਦੇ ਵਿੱਚ ਫਿਰ ਸ਼ਾਂਤੀ ਦਾ ਗੁੰਜਾਇਸ਼ ਜਿਹੜੀ ਬਹੁਤ ਘੱਟ ਹੁੰਦੀ ਹੈ ਇਹ ਹੈ ਕਿ ਇੰਡੀਆ ਜਿਹੜਾ ਹੈ ਆਪਣੇ ਪੱਧਰ ਤੇ ਅਸੀਂ ਜਿਹੜਾ ਆਪਣੇ ਸਮਾਜ ਵਿੱਚ ਵੀ ਔਰ ਬਾਹਰਲੇ ਪੱਧਰ ਤੇ ਵੀ ਜਿੰਨੀ ਵੀ ਮਦਦ ਅਸੀਂ ਕਰ ਸਕਦੇ ਹਾਂ ਜੀ ਜੀ ਇੱਕ ਵਾਇਸ ਆਫ ਦਾ ਸਾਊਥ ਜੀ ਉਹ ਅਸੀਂ ਕਰ ਰਹੇ ਹਾਂ ਯੂਨਾਈਟਿਡ ਨੇਸ਼ਨ ਡੇ ਅਸੀਂ ਮਨਾ ਰਹੇ ਹਾਂ ਜੀ ਇੰਡੀਆ ਫਾਊਂਡਰ ਮੈਂਬਰ ਇੰਡੀਆ ਮੈਂਬਰ ਵੀ ਹੈ ਤੇ ਤੁਸੀਂ ਜਾਂਦੇ ਜਾਂਦੇ ਇੱਕ ਸੁਨੇਹੇ ਦੇ ਤੌਰ ਤੇ ਜਾਂ ਸਾਨੂੰ ਇਹ ਕੀ ਕਹਿਣਾ ਚਾਹੋਗੇ ਪੀ ਇੰਡੀਆ ਦਾ ਫਿਊਚਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇੰਡੀਆ ਦੀ ਡਿਵੈਲਪਮੈਂਟ ਲਗਾਤਾਰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਸਮਝਦਾ ਹਾਂ ਕਿ ਜੋ ਇੰਡੀਆ ਦਾ ਦ੍ਰਿਸ਼ਟੀਕੋਣ ਹੈ ਕਿ ਲੜਾਈ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਜੀ ਇਹ ਡਾਇਲੌਗ ਡਿਪਲੋਮੇਸੀ ਜਿਹੜੀ ਹੈ ਕਿਉਂ ਦੇਖੋ ਵਰਲਡ ਵਾਰ ਵੀ ਹੋਏ ਤਾਂ ਖੀਰ ਤੇ ਟੇਬਲ ਤੇ ਬੈਣ ਪਿਆ ਨਾ ਬਿਲਕੁਲ ਜੀ ਤੇ ਇਹ ਤੇ ਜੋ ਇਸ ਵੇਲੇ ਚੈਲਰੀ ਸਿੱਤੀ ਦੋ ਲੜਾਈਆਂ ਜਿਹੜੀਆਂ ਚੱਲ ਰਹੀਆਂ ਹਨ ਉਹਨਾਂ ਦਾ ਜਲਦੀ ਤੋਂ ਜਲਦੀ ਸਾਡੀ ਕੋਸ਼ਿਸ਼ ਹੈ ਹੂੰ ਹੂੰ ਕਿ ਵੀ ਜਲਦੀ ਤੋਂ ਜਲਦੀ ਉਹਦਾ ਹੱਲ ਹੋਵੇ ਕਿਉਂਕਿ ਉਹਦੇ ਨਾਲ ਨੁਕਸਾਨ ਜਿਹੜਾ ਹੈ ਉਹ ਇੱਕ ਦੇਸ਼ ਦਾ ਨਹੀਂ ਹੋਣਾ ਜਿੰਨੇ ਵੀ ਸਾਰੇ ਦੇਸ਼ ਹੈ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਹੈ ਉਹਦਾ ਅਸਰ ਤੇ ਪਏਗਾ ਔਰ ਗਰੀਬ ਸਭ ਤੋਂ ਜ਼ਿਆਦਾ ਜਿਹੜੇ ਡਿਵੈਲਪਿੰਗ ਕੰਟਰੀ ਗਰੀਬ ਵਰਡ ਨਹੀਂ ਯੂਜ਼ ਕਰਨਾ ਚਾਹੀਦਾ ਅਸੀਂ ਡਿਵੈਲਪਿੰਗ ਕੰਟਰੀ ਹੈ ਕਿਉਂਕਿ ਉਹਨਾਂ ਦੇ ਉਹਨਾਂ ਚ ਇੱਛਾ ਸ਼ਕਤੀ ਹੈ ਵੀ ਐਸੀ ਵੀ ਦੂਜਿਆਂ ਨਾਲ ਤਰੱਕੀ ਕਰਨੀ ਹੈ ਬਿਲਕੁਲ ਤੇ ਜਿਹੜਾ ਸਾਡਾ ਦ੍ਰਿਸ਼ਟੀਕੋਣ ਹੈ ਜਿਹੜਾ ਅਸੀਂ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਪੀ ਡਿਵੈਲਪਮੈਂਟ ਸ਼ੁੱਡ ਬੀ ਦਾ ਸੈਂਟਰਲ ਅਜੰਡਾ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਯੂਨ ਜਿਹੜਾ ਪਿਛਲਾ ਸੈਸ਼ਨ ਹੋਇਆ 24 ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਅਜੰਡਾ 230 अच्छा जी एक ਜਿਹੜਾ ਹੈ ਪਾਸ ਕੀਤਾ ਜਿਹਦੇ ਵਿੱਚ ਉਹਨਾਂ ਕਿਹਾ ਹੈ ਕਿ ਜਿੰਨਾ ਜ਼ਿਆਦਾ ਲੋਕਾਂ ਦਾ ਸਮਾਜਿਕ ਆਰਥਿਕ ਸਹਿਯੋਗ ਹੋਏਗਾ ਉਹਨਾਂ ਜ਼ਿਆਦਾ ਉਹਨਾਂ 'ਚ ਮੇਲ ਮਲਾਪ ਹੋਏਗਾ ਉਹਨਾਂ ਜ਼ਿਆਦਾ ਉਹਨਾਂ ਤੇ ਇੱਕ ਰੁਝੇ ਤੇ ਨਿਰਭਰਤਾ ਹੋਏਗੀ ਨਿਰਭਰਤਾ ਹੋਏਗੀ ਔਰ ਉਹਨਾਂ ਜ਼ਿਆਦਾ ਅਸੀਂ ਲੜਾਈ ਤੋਂ ਦੂਰ ਜਾਵਾਂਗੇ ਦੂਰ ਜਾਵਾਂਗੇ ਬਿਲਕੁਲ ਜੀ ਜਿੰਨਾ ਲੜਾਈ ਤੋਂ ਅਸੀਂ ਦੂਰ ਜਾਵਾਂਗੇ ਉਨਾ ਹੀ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਹੋਵੇਗੀ ਤੇ ਟੇਬਲ ਟਾਕ ਹੀ ਸਭ ਤੋਂ ਵਧੀਆ ਹਰ ਮਸਲੇ ਦਾ ਹੱਲ ਹੈ ਸ਼ਾਂਤੀ ਹੀ ਹਰ ਮਸਲੇ ਦਾ ਹੱਲ ਹੈ ਡਾਕਟਰ ਸਾਹਿਬ ਤੁਸੀਂ ਸਟੂਡੀਓ ਵਿੱਚ ਆइए ਤੁਹਾਡਾ ਬਹੁਤ-ਬਹੁਤ ਧੰਨਵਾਦ ਦਰਸ਼ਕੋ ਤੁਹਾਡਾ ਵੀ ਬਹੁਤ-ਬਹੁਤ